ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਂ ਕੀ ਅੰਕਲ ਜੀ? ਮੇਰਾ ਨਾਂ ਜੀ ਬਲਦੇਵ ਸਿੰਘ ਸੰਘਾ। ਓਕੇ, ਅਤੇ ਅੰਕਲ ਜੀ ਤੁਸੀਂ ਦੱਸੋ ਤੁਹਾਡਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀਗਾ? ਮੇਰਾ ਜਨਮ ਇੰਡੀਆ ਦੇ ਵਿੱਚ ਪਿੰਡ ਚਾਹਲਪੁਰਾ ਸਾਡਾ, ਗੜ੍ਹ ਸ਼ੰਕਰ ਤੋਂ 2 ਕਿਲੋਮੀਟਰ ਟੂ ਦਾ ਵੈਸਟ। ਓਕੇ। ਉੱਥੇ 1933 ਡਿਸੰਬਰ 17 ਨੂੰ ਹੋਇਆ। ਓਕੇ, ਅਤੇ ਤੁਸੀਂ ਅੱਜ ਤੁਹਾਡਾ ਕੈਨੇਡਾ ਆਉਣ ਦਾ ਡਿਸੀਜਨ ਕਦੋਂ ਅਤੇ ਕਿਸ ਤਰ੍ਹਾਂ ਬਣਿਆ? ਵੈਰੀ ਲੇਟ, ਜਦੋਂ ਅਸੀਂ ਤਕਰੀਬਨ ਮੈਂ ਆਵਾਜ਼ ਓਵਰ 25, 26, 27, 30 ਡਿਸੀਜਨ ਇਹ ਸੀਗਾ ਵੀ ਸਾਡੀ ਮੇਰੇ ਫਾਦਰ ਇਨ ਲਾਅ ਇੱਥੇ ਰਹਿੰਦੇ ਸੀ, ਮੇਰੀ ਵਾਈਫ ਦੇ ਗ੍ਰੈਂਡ ਫਾਦਰ ਇੱਥੇ ਸਤੰਬਰ 11, 1907 ਵਿੱਚ ਆਏ ਪਹਿਲੀ ਵਾਰ। ਓਕੇ। ਯੈਸ, ਐਂਡ ਹੀ ਕੇਮ ਬੈਕ ਐਂਡ ਫੋਰਥ ਫੋਰ 4 ਟਾਈਮਸ ਫਰੋਮ ਇੰਡੀਆ, ਐਂਡ ਮਾਈ ਫਾਦਰ ਲਾ ਕੇਮ ਫੋਰ ਦਾ ਫਸਟ ਟਾਈਮ ਇਨ ਅਕਟੂਬਰ 1924, ਦੈਨ ਹੀ ਹੈਡ ਆਲਸੋ 4 ਟ੍ਰਿਪਸ। ਓਕੇ। ਬਟ ਫੈਮਿਲੀ ਨਾ ਸੀ ਲਿਆਉਂਦੇ ਹੈਗੇ, ਉਹਦਾ ਰਿਵਾਜ਼ ਨਹੀਂ ਸੀਗਾ, ਜਾਂ ਉਹ ਨਹੀਂ ਅਫੋਰਡ ਕਰ ਸਕਦੇ, ਜਾਂ ਪਤਾ ਨਹੀਂ ਕੀ ਸੀਗਾ, ਫੈਮਿਲੀਆਂ ਲਿਆਉਂਦੇ ਨਹੀਂ ਸੀ ਲੋਕ। ਇਸ ਕਰਕੇ ਅਸੀਂ ਫਿਰ ਥੋੜ੍ਹਾ ਜਿਹਾ ਕੀਤਾ ਵੀ ਚਲੋ ਇਹ ਮੇਰੇ ਜਿਹੜੇ ਇਹਨਾਂ ਦੇ ਮੇਰੇ ਸਹੁਰੇ ਦੇ ਬੱਚੇ ਸੀ ਨਾ, ਸਿਟੀਜ਼ਨ ਸੀ ਬੱਚੇ, ਮਾਰੀ ਵਾਈਫ, ਮੇਰੀ ਸਾਲੀ, ਇੱਕ ਮੇਰਾ ਸਾਲਾ ਸੀਗਾ, ਮਾਈ ਵਾਈਫ ਜਿਹੜੀ ਹੈ ਸ਼ੀ ਇਜ਼ ਦਾ ਐਲਡੈਸਟ ਵਨ ਅਮੰਗ ਦਾ ਫੈਮਿਲੀ। ਅਤੇ ਇਹਦੀ ਛੋਟੀ ਸਿਸਟਰ ਜਿਹੜੀ ਸੀ ਉਹ ਸੀਗੀ ਇਹ ਤੋਂ 7 ਸਾਲ ਛੋਟੀ, ਸ਼ੀ ਇਜ਼ ਮੈਰਿਡ ਟੂ ਮਾਈ ਯੰਗਰ ਬ੍ਰਦਰ ਹੂ ਲਿਵਜ਼ ਇਨ ਡੰਕਨ। ਓਕੇ। ਐਂਡ ਦਾ ਯੰਗੈਸਟ ਵਾਜ ਹਰ ਬ੍ਰਦਰ, ਹੀ ਵਾਜ 10 ਈਅਰਸ ਯੰਗਰ। ਅਸੀਂ ਫਿਰ ਸਾਡਾ ਇੱਦਾਂ ਹੋ ਗਿਆ ਵੀ ਚਲੋ ਇੱਧਰ ਫੋਰ ਬੈਟਰ ਲਾਈਫ। ਹਾਂਜੀ। ਪਹਿਲਾਂ ਅਸੀਂ ਆਪਣੇ ਛੋਟੇ ਭਾਈ ਨੂੰ ਭੇਜਿਆ, ਕਿਉਂਕਿ ਉਹਦੀ ਵਿਆਹ ਹੁੰਦਾ ਸੀ, ਮੈਂ ਨੌਕਰੀ ਕਰਦਾ ਸੀ ਕੋਲਜ ਨੂੰ, ਪੜ੍ਹ ਕੇ ਹਟਿਆ ਸੀਗਾ। ਓਕੇ। ਉਹਨੂੰ ਫਿਰ ਛੋਟੀ ਆਪਣੀ ਇਹਦੀ ਸਿਸਟਰ ਵਿਆਹ ਕੇ ਤਾਂ ਇੱਥੇ ਨੂੰ ਭੇਜ ਦਿੱਤਾ ਕਿ ਯੂਨੀਵਰਸਿਟੀ ਦਾ, ਹੈ ਨਾ। ਫਿਰ ਅਸੀਂ ਆਏ ਹਾਂ '65 'ਚ ਆਇਆ ਅਸੀਂ 1969 'ਚ। ਓਕੇ। ਕਿਉਂਕਿ ਸਾਡੀ ਫੈਮਿਲੀ ਤਕਰੀਬਨ ਅਸੀਂ ਇੱਧਰ ਰਹਿਣਾ ਚਾਹੁੰਦੇ ਸੀਗੇ, ਉਸ ਵੇਲੇ ਅਸੀਂ ਇੱਦਾਂ ਫੈਸਲਾ ਕੀਤਾ ਵੀ ਮੈਂ ਗੌਰਮੈਂਟ ਸਰਵਿਸ ਕਰਦਾ ਸੀ, 24-hour ਨੋਟਿਸ ਦੇ ਕੇ ਮੈਂ ਆਇਆ ਉੱਥੋਂ, 24-hour ਨੋਟਿਸ ਦੇ ਕੇ 1 ਮਹੀਨੇ ਤਨਖਾਹ ਜਮ੍ਹਾਂ ਕਰਾ ਕੇ ਤਾਂ ਮੈਂ ਇੱਥੇ ਨੂੰ ਆਇਆ ਸੀਗਾ, ਕਿਉਂਕਿ ਮੈਂ ਇਹ ਚਾਹੁੰਦਾ ਸੀ ਵੀ ਆਪਣੇ ਜਾਂ ਬੱਚੇ ਲੈ ਕੇ ਜਾਣਾ ਫਿਰ ਮੁੜ ਕੇ ਨਹੀਂ ਆਉਣਾ। ਹਾਂਜੀ। ਫਿਰ ਬੱਚੇ ਇੱਥੇ ਆ ਗਏ, ਜਾਂ ਐਲਡੈਸਟ ਵਨ ਜਿਹੜਾ ਬੱਚਾ ਸੀਗਾ ਉਹ ਤਕਰੀਬਨ 10 ਸਾਲ ਦਾ ਸੀਗਾ, ਉਹ ਤਾਂ ਛੋਟੀ ਚਾਰ ਸਾਲ ਛੋਟੀ ਬੇਟੀ ਸੀ, ਇੱਕ ਛੋਟੀ ਬੇਟੀ ਸਾਲ ਦੀ ਸੀ ਜਦ ਅਸੀਂ ਆਏ ਹਾਂ, ਐਂਡ ਦਾ 4th ਵਾਜ਼ ਕਮਿੰਗ। ਓਕੇ। ਤੁਸੀਂ ਤਿੰਨ ਬੱਚੇ ਅਤੇ ਤੁਸੀਂ ਦੋਵੇਂ ਡਿਸਾਈਡ ਕੀਤਾ ਕੈਨੇਡਾ ਆਉਣ ਦਾ? ਆ ਗਿਆ ਜੀ, ਆ ਗਿਆ। ਅਤੇ ਇਹ September 3, 1969 ਠੀਕ ਹੈ। ਅਤੇ ਤੁਸੀਂ ਫਿਰ ਕੈਨੇਡਾ ਕਿਸ ਤਰ੍ਹਾਂ ਆਏ, ਬਾਏ ਏਅਰ ਜਾਂ ਬਾਏ ਏਅਰ? ਦਿੱਲੀ ਤੋਂ ਏਅਰ ਇੰਡੀਆ ਗਾਹਾਂ ਸੀਗਾ ਕੈਨੇਡੀਅਨ ਪੈਸੀਫਿਕ ਫਰੋਮ ਟੋਕੀਓ। ਓਕੇ। ਅਤੇ ਤੁਸੀਂ ਕੈਨੇਡਾ ਸਭ ਤੋਂ ਪਹਿਲਾਂ ਫਿਰ ਕਿਹੜੀ ਥਾਂ 'ਤੇ ਲੈਂਡ ਕੀਤੇ? ਲੈਂਡ ਅਸੀਂ ਵੈਨਕੂਵਰ ਕੀਤੇ, ਇਮੀਗ੍ਰੇਸ਼ਨ ਸਾਡਾ ਇੱਥੇ ਹੋਇਆ ਫਿਰ, ਕਿਉਂਕਿ ਸਾਡਾ ਬ੍ਰਦਰ ਰਹਿੰਦਾ ਸੀ ਆਈਲੈਂਡ 'ਚ, ਇਸ ਕਰਕੇ ਸਾਡੀ ਸੀਟ ਜਿਹੜੀ ਸੀ ਵਿਕਟੋਰੀਆ ਗਈ, ਫਿਰ ਅਸੀਂ ਚਲੇ ਗਏ ਉਸ ਪਲੇਨ 'ਚ। ਓਕੇ। ਵਿਕਟੋਰੀਆ ਛੋਟਾ ਪਲੇਨ ਚੱਲ ਸਾਨੂੰ ਛੱਡਿਆ, ਉੱਥੋਂ ਸਾਨੂੰ ਉਹਨੇ ਰਿਸੀਵ ਕਰ ਲਿਆ, ਫਿਰ ਅਸੀਂ ਉਹਨਾਂ ਕੋਲ, ਹੀ ਵਾਜ਼ ਲਿਵਿੰਗ ਇਨ ਯੂਬੋ, ਸਮਾਲ ਸਿਟੀ ਹੈ, ਟਾਊਨ ਹੈਗਾ, ਵਿਲੇਜ, ਯੈਸ ਯੈਸ। ਓਕੇ। ਪਾਲਦੀ ਦੇ ਬਿਲਕੁਲ ਨਾਲ 10 ਮੀਲ 'ਤੇ। ਓਕੇ। ਦਿਸ ਇਜ਼ ਡੰਕਨ, ਪਾਲਦੀ, ਦਿਸ ਇਜ਼ ਯੂਬੋ। ਓਕੇ। ਉੱਥੇ ਬਹੁਤ ਬੜੀ ਮਿਲ ਸੀ, ਤਕਰੀਬਨ 1000 ਬੰਦਾ ਕੰਮ ਕਰਦਾ ਸੀ ਉੱਥੇ, ਉਹ ਕੰਮ ਕਰਦਾ ਸੀ, ਯੂਬ ਛੋਟੇ ਜਿਹੇ ਪਿੰਡ ਸੀਗਾ, ਅਸੀਂ ਵੀ ਉੱਥੇ ਰਹੇ, ਮੇਰੇ ਬੱਚੇ ਉੱਥੇ ਰਹੇ, ਮੈਂ ਫਿਰ ਚਲ ਗਿਆ ਵਿਲੀਅਮਸ ਲੇਕ। ਆਈ ਟਰਾਈਡ ਹੀਅਰ ਹਾਰਡ ਫੋਰ ਮਾਈ ਟੀਚਿੰਗ ਜੋਬ ਹੇਅਰ, ਮਤਲਬ ਇਨ ਔਨ ਦਾ ਆਈਲੈਂਡ ਆਈਲੈਂਡ ਹਾਂ ਠੀਕ ਹੈ। ਪਰ ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਵਿਕਟੋਰੀਆ ਗਿਆ ਐਜੂਕੇਸ਼ਨ ਡਿਪਾਰਟਮੈਂਟ ਕੋਲ, ਉਹ ਕਹਿੰਦੇ ਵੀ ਤੇਰਾ ਅਸੀਂ ਨਾਂ ਲਿਖ ਲਿਆ, ਪਰ ਯੂ ਹੈਵ ਟੂ ਵੇਟ ਫੋਰ ਅਬਾਊਟ 8 ਮੰਥਸ। ਓਕੇ। ਕਿਉਂਕਿ ਵੀ ਹੈਵ ਔਲਰੇਡੀ 500 ਟੀਚਰਸ ਔਨ ਡੈਪੂਟੇਸ਼ਨ ਫਰੋਮ ਆਸਟ੍ਰੇਲੀਆ, ਦੇ ਵੀ ਗੋਇੰਗ ਬੈਕ ਇਨ 6 ਮੰਥ, ਦੈਨ ਯੂਅਰ ਟਰਨ ਵਿਲ ਕਮ, ਵੀ ਗਿਵ ਯੂ ਚਾਂਸ। ਬਟ ਮਾਈ ਸਿਚੁਏਸ਼ਨ ਵਾਜ ਦੈਟ ਮਾਈ ਵਾਈਫ ਵਾਜ ਐਕਸਪੈਕਟਿੰਗ, ਸੋ ਆਈ ਹੈਡ ਟੂ ਡੂ ਸਮਥਿੰਗ ਫੋਰ ਮਾਈ ਕਵਰੇਜ, ਦੇਰ ਵਾਜ਼ ਨੋ ਇੰਸ਼ੋਰੈਂਸ ਲਾਈਕ ਦਿਸ ਵਨ, ਅੱਜ ਕੱਲ੍ਹ ਇੰਸ਼ੋਰੈਂਸ MSP ਉਸ ਟਾਈਮ ਨਹੀਂ ਸੀਗੀ, ਸਾਡੀ ਥੋੜ੍ਹੀ ਬਣਨੀ ਸੀ MSP ਬਣ ਗਈ। ਤੁਹਾਡਾ ਸਟੇਟਸ ਕੀ ਸੀ ਜਦੋਂ ਤੁਸੀਂ ਕੈਨੇਡਾ ਆਏ? ਹਾਂਜੀ। ਲਾਈਕ ਤੁਸੀਂ, ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਸੀਗਾ ਕੈਨੇਡਾ ਜਦੋਂ ਤੁਸੀਂ ਵਿਜ਼ਿਟਰ 'ਤੇ ਆਏ? ਨਹੀਂ ਨਹੀਂ ਨੋ 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 ਇਮੀਗ੍ਰੈਂਟ
ਐਜ਼ ਅ ਫੈਮਿਲੀ ਯੈਸ ਐਜ਼ ਅ ਫੈਮਿਲੀ ਓਕੇ ਸਾਡੀ ਦਿੱਲੀ ਦੇ ਵਿੱਚ ਇੰਟਰਵਿਊ ਹੋਈ ਹਾਂਜੀ ਐਂਡ ਆਈ ਗਾਟ 86% ਮਾਰਕਸ ਅੱਛਾ ਵੈਰੀ ਨਾਈਸ ਦੈਟ ਵਾਸ ਇਨ 1968 ਉਹ ਕੀ ਜਿੱਦਾਂ ਉਹ ਐਗਜ਼ਾਮ ਵਿੱਚ ਕੀ ਜਿੱਦਾਂ ਪੁੱਛਦੀ ਸੀ ਕੈਨੇਡਾ ਬਾਰੇ ਪੁੱਛਦੇ ਸੀ ਨਹੀਂ ਨਹੀਂ ਐਗਜ਼ਾਮ ਉਹ ਅੱਧੇ ਘੰਟੇ ਦੀ ਤਕਰੀਬਨ ਇੰਟਰਵਿਊ ਸੀ ਉਹ ਪੁੱਛਦੇ ਸੀ ਵੀ ਤੂੰ ਕੀ ਕਰਦਾ ਗਾਹਾਂ ਕੀ ਕਰਨਾ ਹੈ ਉੱਥੇ ਕੀ ਹੋਊਗਾ ਆਹ ਕੀ ਹੋਊਗਾ ਹੈ ਨਾ ਤੇਰੇ ਚਾਂਸਿਸ ਕਿੱਦਾਂ ਦੇ ਹੈਗੇ ਆ ਤੂੰ ਕੀ ਕਰਦਾ ਕੀ ਕੁਛ ਤੇਰੀ ਐਜੂਕੇਸ਼ਨ ਆ ਤੁਹਾਡੀ ਫੈਮਿਲੀ ਕੀ ਆ ਉੱਥੇ ਕੌਣ ਆ ਇਸ ਕਿਸਮ ਦੇ ਸਵਾਲ ਸੀਗੇ ਫਿਰ ਮੈਂ ਜਦ ਮੈਨੂੰ ਕਹਿੰਦੇ ਵੀ ਤੂੰ ਕੀ ਕਰੇਂਗਾ ਉੱਥੇ ਜਾ ਕੇ ਮੈਂ ਕਿਹਾ ਵੀ ਆਈ ਵਿਲ ਲੁਕਿੰਗ ਫੋਰ ਮਾਈ ਟੀਚਿੰਗ ਜੋਬ ਬਟ ਇਫ ਆਈ ਡੋਂਟ ਗੈਟ ਦ ਜੋਬ ਇਨ ਟੀਚਿੰਗ ਡਿਪਾਰਟਮੈਂਟ ਦੈਨ ਆਈ ਵੋਂਟ ਮਾਇੰਡ ਡੂਇੰਗ ਮਾਈ ਮੈਨੂਅਲ ਲੇਬਰ ਇਹ ਮੇਰਾ ਉਹਨਾਂ ਦਾ ਆਨਸਰ ਸੀਗਾ ਫਿਰ ਅਸੀਂ ਇੱਥੇ ਆ ਗਿਆ ਫਿਰ ਫਿਰ ਮੈਂ ਕੋਸ਼ਿਸ਼ ਕੀਤੀ ਮੈਂ ਮਾਈ ਫਾਦਰ ਲਾ ਵਾਸ ਇਨ ਵਿਲੀਅਮਸ ਲੇਕ ਦੈਟ ਵਾਸ ਹਿਜ਼ ਫੋਰਥ ਐਂਡ ਲਾਸਟ ਟ੍ਰਿਪ ਉਹ 65 ਜਿੱਥੇ ਆਇਆ ਸੀ ਵਿਲੀਅਮ ਲੇਕ ਫਿਰ ਉਹ ਮੈਂ ਉੱਥੇ ਚਲੇ ਗਿਆ ਕੰਮ ਨੂੰ ਜਾਂਦਾ ਰਿਹਾ ਇੱਧਰ ਉੱਧਰ ਮਿਲਾਂ ਹੋ ਜਾਣਾ ਕੰਮ ਕਰਨ ਦੇਖਾਂ ਪਰ 3-4 ਦਿਨ ਮੈਂ ਸਰਚ ਕੀਤੀ ਕੋਈ ਜੋਬ ਨਹੀਂ ਸੀ ਮਿਲਦੀ ਇਟ ਵਾਜ਼ ਵੈਰੀ ਹਾਰਡ ਵਰਕ ਜੋਬ ਸਪੈਸ਼ਲੀ ਫੋਰ ਗਾਈ ਲਾਈਕ ਮੀ ਹੂ ਹੈਜ਼ ਅ ਟਰਬਨ ਕਿਉਂਕਿ ਮੈਂ ਜਨਮ ਤੋਂ ਸਿੱਖੀ ਸਰੂਪ 'ਚ ਫਿਰ ਇੱਕ ਦਿਨ ਮੇਰੀ ਇੰਟਰਵਿਊ ਕੀਤੀ ਪਰਸਨਲ ਨੇ ਉਹ ਇੱਦਾਂ ਮੈਂ ਇਹਦਾ ਆਪਣਾ ਲਿਖੀ ਜਾਂਦਾ ਮੈਨੂੰ ਇਹਦਾ ਸਵਾਲ ਪੁੱਛ ਰਿਹਾ ਮੈਨੂੰ ਇੱਕ ਕੁਸ਼ਚਨ ਦਾ ਜਵਾਬ ਦਿੱਤਾ ਮੇਰੀ ਹੀ ਡਿਡਨਟ ਪੇ ਐਨੀ ਅਟੈਂਸ਼ਨ ਟੂ ਮੀ ਦੈਨ ਇਜ਼ ਹੈਡ ਵੇਅਰ ਇਜ਼ ਮਾਈ ਐਜੂਕੇਸ਼ਨ ਦੈਨ ਲਾਈਕ ਨੈਕਸਟ ਕੁਸ਼ਚਨ ਦਾ ਜਿਹੜਾ ਮੈਂ ਆਨਸਰ ਉਹਨੂੰ ਦਿੱਤਾ ਉਹ ਮੈਂ ਇੱਦਾਂ ਦਾ ਦਿੱਤਾ ਕਿ ਉਹਨੂੰ ਮੈਨੂੰ ਮਜਬੂਰ ਹੋਣਾ ਪਿਆ ਮੈਨੂੰ ਦੇਖਣ ਲਈ ਮੈਂ ਕਹਿੰਦਾ ਹੇ ਯੂ ਸਪੀਕ ਵੈਰੀ ਇੰਗਲਿਸ਼ ਵੇਅਰ ਡੂ ਯੂ ਲਰਨ ਇੰਗਲਿਸ਼ ਆਈ ਸੈਡ ਆਈ ਵਾਸ ਟੀਚਿੰਗ ਇੰਗਲਿਸ਼ ਹੀ ਸੈਡ ਦੈਨ ਵਾਟ ਯੂ ਡੂ ਕਮ ਹੇਅਰ ਗੋ ਟੂ ਸਕੂਲ ਐਂਡ ਟੀਚ ਦੈਨ ਆਈ ਟੋਲਡ ਮਾਈ ਸਟੋਰੀ ਕਿਸ ਚੀਜ਼ ਦੀ ਜੋਬ ਇੰਟਰਵਿਊ ਲਈ ਗਈ ਸੀ ਹਾਂਜੀ ਕਿਸ ਚੀਜ਼ ਦੀ ਇੰਟਰਵਿਊ ਜੋ ਕਿਹੜੀ ਜੋਬ ਸੀ ਲੇਬਰ ਓਕੇ ਲੰਬਰ ਪਾਇਲਰ ਇਨ ਦ ਮਿਲ ਔਰ ਦ ਪਲੇਨ ਰਿਪੇਅਰ ਹਾਂਜੀ ਬਟ ਉਹ ਕਹਿ ਰਹੇ ਕਿ ਉਹ ਇੰਟਰਵਿਊ ਵਿੱਚ ਵੀ ਜਿਹੜਾ ਇੰਟਰਵਿਊ ਸੀਗਾ ਉਹ ਤੁਹਾਡੇ ਵੱਲ ਧਿਆਨ ਨਹੀਂ ਦੇ ਰਿਹਾ ਨਹੀਂ ਦੇ ਰਿਹਾ ਸੀ ਕਿ ਵਾਈ ਵਾਜ਼ ਸਿੱਖ ਐਂਡ ਇਟ ਵਾਜ਼ ਅਸਿਊਮਡ ਦੈਟ ਮੈਨ ਵਿਦ ਅ ਟਰਬਨ ਕੈਨ ਸਪੀਕ ਇੰਗਲਿਸ਼ ਡਿਡਨਟ ਹੈਵ ਐਨੀ ਨੋਲੇਜ ਇਹ ਉਹਨਾਂ ਦਾ ਅਸੰਪਸ਼ਨ ਸੀ ਸਟੀਰੀਓਟਾਈਪ ਇਹ ਬਾਅਦ 'ਚ ਵੀ ਬਹੁਤ ਵਾਰੀ ਇੱਦਾਂ ਦੇ ਚਾਂਸ ਮੇਰੇ ਨਾਲ ਆਏ ਜੇ ਤਾਂ ਹੁੰਦਾ ਰਿਹਾ ਆ ਪਰ ਅਸੀਂ ਉਹਨਾਂ ਨੂੰ ਕੰਮ ਓਵਰ ਕਰਦੇ ਹਾਂ ਫਿਰ ਮੈਨੂੰ ਉਹਨੇ ਉਹ ਕਹਿੰਦਾ ਓਕੇ ਹੋਰ ਮੈਂ ਉਹਨੂੰ ਚਿੱਠੀ ਦੇ ਦਿੱਤੀ ਅਤੇ ਕੱਲ੍ਹ ਨੂੰ ਹਾਇਰ ਕਰ ਲਾ ਐਂਡ ਵਰਕ ਦੇਅਰ ਫੋਰ 3 months ਔਨ ਦਾ ਚੇਨ ਗ੍ਰੀਨ ਚੇਨ ਦੈਨ ਆਈ ਬਿਕੇਮ ਦਾ ਦੈਨ ਆਈ ਹੈਡ ਟ੍ਰੇਨਿੰਗ ਇਨ ਲੰਬਰਗੇੜ ਲੰਬਰਗੇੜ ਦੀ 6 months ਟ੍ਰੇਨਿੰਗ ਸੀ ਨਾਲੇ ਮੈਂ ਜੋਬ ਕਰਦਾ ਰਿਹਾ ਨਾਲੇ ਲੰਬਰਗੇੜ ਕਰਦਾ ਉਹ ਤੋਂ ਬਾਅਦ ਵੀ ਆਰ 3 people ਫਰੋਮ ਅਵਰ ਕੰਪਨੀ ਬੋਥ ਆਫ ਅਦਰ ਦੇ ਫੇਲਡ ਐਂਡ ਆਈ ਗੋਟ 86% ਮਾਰਕਸ ਇਨ ਵਿਦ ਏ ਟਿਕਟ ਇਨ ਦ ਏ ਟਿਕਟ ਏ ਡਿਵੀਜ਼ਨ ਏ ਡਿਵੀਜ਼ਨ ਫਸਟ ਐਂਡ ਸੈਕੰਡ ਡਿਵੀਜ਼ਨ ਦੇਰ ਆਰ ਟਿਕਟਸ ਹਾਂਜੀ ਏ ਟਿਕਟ ਇਜ਼ ਓਵਰ 80% ਬੀ ਟਿਕਟ ਇਜ਼ ਓਵਰ 50 ਓਕੇ ਸੋ ਇਹ ਐਗਜ਼ਾਮ ਕਿਸ ਚੀਜ਼ ਦਾ ਸੀਗਾ ਲੰਬਰ ਗ੍ਰੇਡਿੰਗ ਦਾ ਲੰਬਰ ਗ੍ਰੇਡਿੰਗ ਦਾ ਓਕੇ ਬਿਕੋਜ਼ ਆਈ ਹੈਡ ਅ ਬੈਕਗ੍ਰਾਉਂਡ ਹਾਂਜੀ ਫਿਜ਼ਿਕਸ ਮੈਥ ਐਂਡ ਇੰਗਲਿਸ਼ ਤੁਹਾਨੂੰ ਟੈਕਨੀਕਲ ਸਾਰਾ ਪਤਾ ਸੀ ਯੈਸ ਯੈਸ ਦੈਨ ਦੇ ਪੁੱਟ ਮੀ ਔਨ ਦਾ ਗ੍ਰੇਡਿੰਗ ਜੋਬ ਆਈ ਡਿਡ ਦਾ ਗ੍ਰੇਡਿੰਗ ਜੋਬ ਫੋਰ ਅਬਾਊਟ 10 ਔਰ 15 ਈਅਰਸ ਇਨ ਵਿਲੀਅਮਸ ਲੇਕ ਇਨ ਦਾ ਸੇਮ ਮਿਲ UBC graduates. ਫਿਰ ਮੈਂ ਉੱਥੇ They told me to become the quality control. I did the job for a quality control for the whole mail for about 4 years. Then the union raised the question that either I should quit a union or quit that job. Because that job was management job. Mm-hmm. I didn't want to go to the management because it was not secure. So I went back to my grading job. Then I had another quality control system. Then I went to that job on the SLT, that's called MSR. That is a machine that grades itself. Oh, sure. Automatic. And I was looking after them. Okay. That was for 14, 16, 15 years. Okay.
ਹਾਂ ਜੀ ਸੋ ਮੈਨੂੰ ਥੋੜ੍ਹਾ ਜਿਹਾ ਆਦੋ ਸਰ ਜਿਹੜੇ ਤੁਹਾਡੇ ਪਹਿਲੇ ਕੁਛ ਦਿਨ ਸੀਗੇ ਕੈਨੇਡਾ ਦੇ ਵਿੱਚ ਸਰ ਜਿੱਦਾਂ ਤੁਸੀਂ ਲੈਂਡ ਹੋਏ ਕੈਨੇਡਾ ਦੇ ਵਿੱਚ ਹੈ ਨਾ ਤੁਸੀਂ ਆਈਲੈਂਡ ਆਏ ਆਪਣੇ ਬ੍ਰਦਰ ਕੋਲ ਅਤੇ ਪਹਿਲਾਂ ਕਹਿ ਲਓ 5-10 ਦਿਨ ਪਹਿਲਾ ਹਫ਼ਤਾ ਤੁਹਾਨੂੰ ਕਿੱਦਾਂ ਲੱਗਿਆ ਤੁਸੀਂ ਮੈਂ ਮਹਿਸੂਸ ਕੀਤਾ ਮੈਂ 3 weeks ਉੱਥੇ ਦੇ ਗੁਰੇ ਹਾਂ ਓਕੇ ਐਂਡ ਆਈ ਵਾਜ਼ ਲੁਕਿੰਗ ਫੋਰ ਐਨੀ ਜੋਬ ਐਨੀ ਕਾਇੰਡ ਆਫ ਜੋਬ ਬਟ ਕੁਡਨਟ ਫਾਈਂਡ ਐਨੀ ਈਵਨ ਇਨ ਦ ਸੋਮਿਲ ਔਰ ਐਨੀਵੇਅਰ ਬਿਕੋਜ਼ ਆਫ ਯੂਰ ਟਰਬਲ ਆਈ ਡੋਂਟ ਨੋ ਵਾਈ ਓਕੇ ਆਈ ਕੈਨਟ ਗਿਵ ਐਨੀ ਰੀਜ਼ਨ ਬਿਕੋਜ਼ ਆਈ ਡੋਂਟ ਨੋ ਵਾਟ ਵਾਸ ਹੈਪਨਿੰਗ ਰਾਈਟ ਆਈ ਵਾਜ਼ ਜਸਟ ਲੁਕਿੰਗ ਫੋਰ ਦ ਜੋਬ ਆਈ ਟ੍ਰਾਈਡ ਆਈ ਕੁਡਨਟ ਗੈਟ ਦੈਨ ਆਈ ਗੋ ਦੈਨ ਆਈ ਵੈਂਟ ਟੂ ਦ ਵਿਕਟੋਰੀਆ ਫੋਰ ਮਾਈ ਡਿਪਾਰਟਮੈਂਟ ਆਫ ਐਜੂਕੇਸ਼ਨ ਉੱਥੇ ਦੈਨ ਇਹ ਹੋਇਆ ਵੀ ਯੂ ਹੈਵ ਟੂ ਵੇਟ ਫੋਰ ਅਬਾਊਟ 8 months 9 months ਅਤੇ ਪਹਿਲੇ ਤਾਂ ਇੱਦਾਂ ਸੀ ਫਿਰ ਜਿਹੜੇ ਜਦੋਂ ਵਿਲੀਅਮ ਲੇਕ ਚਲੇ ਗਿਆ ਆਫਟਰ 3 weeks ਆਈ ਵੈਂਟ ਟੂ ਵਿਲੀਅਮ ਲੇਕ ਬਿਕੋਜ਼ ਮਾਈ ਫਾਦਰ ਲਾ ਕੇਮ ਟੂ ਸੀ ਅਸ ਫਰੋਮ ਦੇਅਰ ਦੈਨ ਆਈ ਵੈਂਟ ਵਿਦ ਹਿਮ ਆਈ ਕੰਪਨੀ ਵਿਲੀਅਮ ਲੇਕ ਇਨ ਬੱਸ ਹਾਂਜੀ ਸੋ ਇਟ ਟੁੱਕ ਅਸ ਅਬਾਊਟ 20 hours ਫਰੋਮ 20 ਆਵਰਸ ਬਸ ਰਾਈਡ ਫਰੋਮ ਡੰਕਨ ਟੂ ਵਿਲੀਅਮ ਲੇਕ ਮਸਟ ਬੀ ਵੈਰੀ ਟਾਇਰਿੰਗ ਬਟ ਇਟ ਵਾਸ ਨਾਈਟ ਟਾਈਮ ਹਾਂਜੀ ਸੋ ਯੈਸ in the first 5 years I was working hard because I thought that I have to survive and feed my family because my son, younger son was born in March 13, 1970 when I was just working for 5 months at that time so main socha to hun main apni family nu ta apne aap nu and pura karna hega haan ji jo kuch main utthe karda tha main itthe karunga ਹਾਂਜੀ ਫਿਰ ਮੈਂ ਵਰਕ ਹਾਰਡ ਕੀਤਾ ਮੈਂ ਦੁੱਖ ਨਹੀਂ ਸਮ ਟਾਈਮ ਫੋਰ ਸਮ ਟਾਈਮ ਆਈ ਹੈਡ ਟੂ ਵਰਕ ਫੋਰ 6 months or 7 months ਆਈ ਹੈਡ ਟੂ ਵਰਕ ਇਨ 2 mills ਓਕੇ ਟੂ ਜੋਬਸ ਵਨ 8 hour ਜੋਬ ਇਨ 9 mill ਐਂਡ 12 hour ਜੋਬ ਇਨ ਅਦਰ ਮਿਲ 12 hours ਸੋ ਬਿਕੋਜ਼ ਆਈ ਕੁਡਨਟ ਡੂ 8 and 8 16 hour ਯੂ ਕੈਨ ਡੂ ਦੈਟ ਰਾਈਟ ਹਾਂਜੀ ਸੋ ਇੰਨਾ ਹੀ ਸਰਵਾਈਵ ਕੀਤੇ ਆ ਓਕੇ ਆਂਟੀ ਨਹੀਂ ਕਰ ਰਹੀ ਸੀ ਕਿ ਜੋਬ ਬੱਚਾ ਛੋਟਾ ਸੀਗਾ ਜਿਹੜੀ ਉਹ ਤੋਂ ਬੜੀ ਸਾਡੀ ਲੜਕੀ ਸੀ ਉਹ ਵੀ 2 ਸਾਲ ਦੀ ਸੀ ਉਹਦਾ 2 ਸਾਲ ਦਾ ਡਿਫਰੈਂਸ ਹੈਗਾ ਦੋਹਾਂ ਦਾ ਏਜ ਦਾ ਛੋਟੇ ਛੋਟੇ ਬੱਚੇ ਸੀ ਜਿਹੜੇ ਬੜੇ ਬੱਚੇ ਬੜੇ ਤੋਂ ਬੜਾ 10 ਸਾਲ ਦਾ ਸੀਗਾ ਸੋ ਸਾਰਿਆਂ ਨੂੰ ਇਹਨੂੰ ਦੇਖਣਾ ਪੈਂਦਾ ਸੀ ਫਿਰ ਇਹਨੇ ਕੰਮ ਕੀਤਾ ਉਹਦਾ ਸ਼ੀ ਸਟਾਰਟਡ 1976 ਬੱਚੇ ਹੋ ਗਏ ਨਾਲੇ ਫਿਰ ਇਹਦੀ ਮਦਰ ਆ ਗਈ ਸੀ ਸਾਡੇ ਕੋਲ ਇਹਦੀ ਮਦਰ ਆ ਗਈ ਸੀ ਫਿਰ ਉਹਦੇ ਕੋਲ ਬੱਚੇ ਕੋਈ ਨਾ ਗਰਾਨੀ ਦੇ ਚਾਹੀਦਾ ਨਾ ਭਾਵੇਂ ਸਕੂਲ ਜਾਂਦੇ ਬੱਚੇ ਸਾਰੇ 4 ਬੱਚੇ ਸਾਡੇ ਸਕੂਲ ਜਾਂਦੇ ਸੀ ਫਿਰ ਅਸੀਂ ਇਹਨਾਂ ਨੂੰ ਇਹਨੇ ਫਿਰ ਇੱਕ ਰੈਸਟੋਰੈਂਟ 'ਚ ਕੰਮ ਕੀਤਾ 12 years ਇਹ ਵੀ ਚੱਲਦਾ ਜੀ ਮੈਨੂੰ ਲੱਗਿਆ ਓਕੇ ਇਹਨੇ 12 years ਕੀਤਾ ਜੀ ਫਿਰ ਇੱਕ ਰੈਸਟੋਰੈਂਟ 'ਚ ਵਰਕ ਓਕੇ ਕੰਟੀਨਿਊਸਲੀ ਫਿਰ ਹੌਲੀ ਹੌਲੀ ਫਿਰ ਇਹਦੇ ਗੋਡੇ ਦੁਖਾਉਣ ਆਪੇ ਹਟ ਗਏ ਫਿਰ ਮੈਂ ਗਾ ਦਰਸ ਹੋਣਾ ਕਿਉਂਕਿ ਬੱਚੇ ਉਸ ਵੇਲੇ ਪੜ੍ਹਾਈ ਕਰ ਚੁੱਕੇ ਸੀ ਹਾਂਜੀ ਜਿਹੜਾ ਸਾਡਾ ਪਹਿਲਾ ਬੇਟਾ ਆ ਉਹ 1978 ਵਿੱਚ ਸਕੂਲ ਗ੍ਰੈਜੂਏਟ ਹੋ ਕੇ ਯੂਨੀਵਰਸਿਟੀ ਆਇਆ ਸੀਗਾ ਓਕੇ ਜਿਹੜਾ ਦੂਜੀ ਬੇਟੀ ਆ ਸਾਡੀ ਉਹ 1982 'ਚ ਆਈ ਸੀ ਯੂ ਬੀ ਸੀ ਜਿਹੜੀ ਤੀਜੀ ਬੇਟੀ ਆ ਉਹ ਆਈ ਸੀ 1986 ਵਿੱਚ ਜਿਹੜਾ ਲਾਸਟ ਜਿਹੜਾ ਛੋਟਾ ਬੇਟ ਯੰਗੈਸਟ ਮਾਨ ਆ ਉਹ ਆਇਆ ਸੀਗਾ 1988 'ਚ ਯੂ ਬੀ ਸੀ ਔਰ ਸਾਰਿਆਂ ਨੇ ਹੁਣ ਜਿੱਦਾਂ ਵਾਰੀ ਵਾਰੀ ਡਿਗਰੀਆਂ ਕੀਤੀਆਂ ਯੈਸ ਔਰ ਦੇ ਵਰ ਸਟੇਇੰਗ ਔਨ ਦ ਕੈਂਪਸ ਅੱਛਾ ਕੈਂਪਸ 'ਚ ਰਹੇ ਅਤੇ ਅਸੀਂ ਉਹਨਾਂ ਨੂੰ ਸਪੋਰਟ ਕਰ ਦਿੱਤੇ ਇੱਕ ਵਾਰੀ ਜਾਂ ਮੈਨੂੰ ਮੈਂ ਕੁਆਲਿਟੀ ਕੰਟਰੋਲ ਸੀਗਾ ਮੈਂ ਕਿਹਾ ਮੈਂ ਬੈਕ ਆਈ ਵਾਂਟ ਟੂ ਗੋ ਬੈਕ ਟੂ ਮਾਈ ਗ੍ਰੇਡ ਜੋਬ ਮੈਨੂੰ ਮੈਨੇਜਰ ਕਹਿੰਦਾ ਇੱਕ ਪ੍ਰੋਡਕਸ਼ਨ ਮੈਨੇਜਰ ਇੱਕ ਜਨਰਲ ਮੈਨੇਜਰ ਇੱਕ ਪਰਸਨਲ ਮੈਨੇਜਰ ਤਿੰਨੇ ਬੈਠੇ ਸੀ ਮੈਨੂੰ ਕਹਿੰਦੇ ਤੂੰ ਵੀ ਕੈਨ ਮੇਕ ਏ ਗੁੱਡ ਟੀਮ ਵਾਈ ਡੋਂਟ ਯੂ ਸਿਟ ਵਿਦ ਅਸ ਮੈਂ ਕਿਹਾ ਮੇਰੇ ਨਿਆਣੇ ਯੂਨੀਵਰਸਿਟੀ ਪੜ੍ਹਦੇ ਆ ਆਈ ਡੋਂਟ ਵਾਂਟ ਜੈਪਰਡਾਈਜ਼ ਦੇਅਰ ਐਜੂਕੇਸ਼ਨ ਫਿਰ ਉਹ ਮੈਨੂੰ ਫਨ ਕਰਕੇ ਕਹਿੰਦਾ ਉਹਨਾਂ ਜੋ ਜਿਹੜਾ ਪ੍ਰੋਡਕਸ਼ਨ ਮੈਨੇਜਰ ਕਹਿੰਦਾ ਯੂਅਰ ਸਪਾਲ ਯੂ ਐਜੂਕੇਟ ਨੋ 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 ਆਈ ਐਮ ਮੇਕਿੰਗ ਦੇਅਰ ਫਿਊਚਰ ਕਿਉਂਕਿ ਮੈਂ ਉਹਨਾਂ ਨਾਲ ਗੱਲਬਾਤ ਕਰ ਲੈਂਦਾ ਸੀ ਉਹ ਮੈਨੂੰ ਚਾਹੁੰਦੇ ਸੀ ਮੈਂ ਸਟਾਫ 'ਤੇ ਰਹਾਂ ਪਰ ਸਟਾਫ 'ਤੇ ਮੇਰੀ ਸਿਕਿਉਰਿਟੀ ਕੋਈ ਨਹੀਂ ਸੀ ਮੈਨੂੰ ਕੱਲ੍ਹ ਕੱਢ ਦੇਣ ਮੈਂ ਤਾਂ ਬੱਚੇ ਪੜ੍ਹਨੇ ਆ ਨਾਲ ਬੱਚੇ ਮੈਂ ਇਹ ਚਾਹੁੰਦਾ ਸੀ ਵੀ ਮੈਂ ਤਾਂ ਮੇਰੀ ਵਾਈਫ ਨਹੀਂ ਪੜ੍ਹ ਸਕੇ ਕਿਸੇ ਕਾਰਨ ਉਹਨਾਂ ਨੂੰ ਜੋਬ ਨਹੀਂ ਕਰ ਸਕੇ ਇਸ ਕਰਕੇ ਬੱਚੇ ਤਾਂ ਪੜ੍ਹਨ ਇਹ ਮੇਰੀ ਵਾਈਫ ਦਾ ਬਹੁਤ ਬੜਾ ਇਹਦੇ ਵਿੱਚ ਯੋਗਦਾਨ ਆ ਵੀ ਇਹਨੇ ਬੱਚੇ ਬੜੀ ਚੰਗੀ ਤਰ੍ਹਾਂ ਪੜ੍ਹਾਏ ਆ
ਵਧੀਆ ਲੱਗਿਆ ਜੀ ਬੜਾ ਸੁਣ ਕੇ ਤਾਂ ਬੜਾ ਹਾਰਡ ਵਰਕ ਕੀਤਾ ਦੋਹਾਂ ਨੇ ਪਹਿਲਾਂ ਤੁਸੀਂ ਚਾਹ ਛਕ ਲਓ ਇਹਨੂੰ ਬੰਦ ਕਰ ਦਿਓ ਪੌਜ਼ ਕਰ ਲਓ ਹਾਂਜੀ ਅੰਕਲ ਜੀ ਥੋੜ੍ਹਾ ਮੈਨੂੰ ਆਹ ਦੱਸਿਓ ਜਿੱਦਾਂ ਕੰਮ ਤੋਂ ਬਾਅਦ ਵੀਕਐਂਡਸ 'ਤੇ ਜਿੱਦਾਂ ਗੈਟ ਟੂਗੈਦਰ ਹੁੰਦੇ ਸੀਗੇ ਜਿੱਦਾਂ ਲੋਕ ਜਿੱਦਾਂ ਤੁਸੀਂ ਦੱਸਿਆ ਤੁਸੀਂ ਵਿਲੀਅਮ ਲੇਕ ਸੀਗੇ ਉੱਥੇ ਬੜੀ ਘੱਟ ਫੈਮਿਲੀ ਸੀਗੀਆਂ ਸੋ ਵੀਕਐਂਡ ਲਈ ਤੁਸੀਂ ਕਰਦੇ ਸੀ ਗੈਟ ਟੂਗੈਦਰ ਜਾਂ ਕਮਿਊਨਿਟੀ ਲਾਈਫ ਕਿੱਦਾਂ ਸੀਗੀ ਉਸ ਟਾਈਮ ਯੈਸ ਯੈਸ ਜਦੋਂ ਅਸੀਂ ਵਿਲੀਅਮ ਲੇਕ ਗਏ ਆ 1969 'ਚ ਹਾਂਜੀ ਉੱਥੇ ਆਪਣੀਆਂ ਸਿਰਫ 14 ਫੈਮਿਲੀਆਂ ਸੀਆਂ ਪਰ ਵਿਲੀਅਮ ਲੇਕ ਦੀ ਆਬਾਦੀ 5000 ਦੀ ਸੀ ਉਸ ਵੇਲੇ ਓਕੇ ਸ਼ਹਿਰ ਦੇ ਵਿੱਚ ਸਿਰਫ ਇੱਕੋ ਟ੍ਰੈਫਿਕ ਲਾਈਟ ਸੀਗੀ ਅੱਛਾ ਛੋਟਾ ਜਿਹਾ ਪਿੰਡ ਸੀਗਾ ਟਾਊਨ ਵੀ ਨਹੀਂ ਸੀਗਾ ਫਿਰ ਉਹ ਸਾਡੇ ਹੁੰਦਿਆਂ ਤੋਂ ਸਾਰਾ ਕੁਛ ਵਧਿਆ ਹੈਗਾ ਉੱਥੇ ਫਿਰ ਇੱਦਾਂ ਸਾਰੇ ਜਿਹਦੇ ਸਾਡੇ ਇੱਕ ਦੂਜੇ ਦੀ ਫੈਮਲੀਆਂ ਸੀ ਨਾ ਹੁਣ ਕਈ ਜਾਣਦੇ ਹੁੰਦੇ ਆ ਕੋਈ ਰਿਸ਼ਤੇਦਾਰੀ ਮਾੜੀ ਮੋਟੀ ਹੁੰਦੀ ਦੂਰੋਂ ਨੇੜਿਓ ਹਾਂਜੀ ਉਹ ਵੀਕਐਂਡ ਨੂੰ ਸਾਰੇ ਇੱਕ ਦੂਜੇ ਅੱਜ ਐਤਕੀ ਇਸ ਵੇਲੇ ਤੁਹਾਨੂੰ ਤੂੰ ਸਾਡੇ ਆ ਜਾਇਓ ਅਗਲੀ ਵੀਕ ਅਸੀਂ ਤੁਹਾਡੇ ਚੱਲ ਜਾਣਾ ਇੱਦਾਂ ਅਸੀਂ ਆਪਣਾ ਜਿਹੜਾ ਵੀਕਐਂਡ ਸਭ ਇੱਦਾਂ ਬਿਤਾਉਂਦੇ ਸੀਗੇ ਹੋਰ ਕੋਈ ਪਿਆਰ ਬਹੁਤ ਸੀ ਲੋਕਾਂ ਦਾ ਲੋਕ ਪਿਆਰ ਬਹੁਤ ਕਰਦੇ ਸੀ ਲੋਕ ਇੱਕ ਦੂਜੇ ਨਾਲ ਪਰ ਬਹੁਤ ਪਿਆਰ ਕਰਦੇ ਸੀਗੇ ਫਿਰ ਇੱਦਾਂ ਹੌਲੀ 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 ਫਿਰ ਪਹਿਨਦੀਆਂ ਉੱਥੇ ਵਧੀਆ ਗਈਆਂ ਓਕੇ ਫਿਰ 1972 ਦੇ ਵਿੱਚ ਜਿੱਥੇ ਅਸੀਂ ਰਹਿੰਦੇ ਸੀ ਨਾ ਉਹ ਵਿਲੀਅਮ ਲੇਕ ਸ਼ਹਿਰ ਟਾਊਨ ਵਿੱਚ ਨਹੀਂ ਸੀ ਉਹ ਬਾਹਰਲਾ ਹਿੱਸਾ ਸਾ ਉਹਨੂੰ ਗਲੈਂਡਲ ਕਹਿੰਦੇ ਆ ਓਕੇ ਗਲੈਂਡਲ ਦੇ ਵਿੱਚ ਜਿਹੜਾ ਸਬਰਬਨ ਏਰੀਆ ਸੀਗਾ ਉਹ ਟਾਊਨ ਤੋਂ ਬਾਹਰ ਸੀਗਾ ਜੁੜਾ ਉਹਦੀ ਇੱਕ ਕਮੇਟੀ ਹੁੰਦੀ ਸੀ ਮਿਊਨਸਪੈਲਿਟੀ ਜਿੱਦਾਂ ਹੁੰਦੀ ਆ ਆਈ ਵਾਜ਼ ਦਾ ਫਸਟ ਈਸਟ ਇੰਡੀਅਨ ਮੈਂਬਰ ਔਨ ਦੈਟ ਕਮੇਟੀ 1972 ਵੈਰੀ ਨਾਈਸ ਵੈਰੀ ਨਾਈਸ ਹੁਣ ਕਹਿੰਦੇ ਗਲੈਂਡਲ ਇੰਪਰੂਵਮੈਂਟ ਡਿਸਟ੍ਰਿਕਟ ਓਕੇ ਉਹਦੇ ਵਿੱਚ ਮੈਂ 3 ਸਾਲ ਉਹ 'ਚ ਰਿਹਾ ਅਤੇ ਫਿਰ ਉਹਨੇ ਮੈਨੂੰ ਜਿਹੜੇ ਮੈਂ ਹਟਿਆ ਉੱਥੋਂ ਉਹਨੇ ਮੈਨੂੰ ਇੱਕ ਟ੍ਰੇ ਦਿੱਤੀ ਸੀ ਉਹ 'ਤੇ ਮੇਰੇ ਕੋਲ ਇਨਕਾਰ ਕੀਤਾ ਹੈਗਾ ਵੈਰੀ ਨਾਈਸ ਜੀ ਬਹੁਤ ਵਧੀਆ ਗੱਲ ਹੈ ਸਰਵਿਸ ਦੇ ਅੱਛਾ ਉਹ ਤੋਂ ਬਾਅਦ ਫਿਰ ਮੈਂ 74 ਵਿੱਚ ਅਸੀਂ ਫਿਰ ਮੈਂ ਗੁਰਦੁਆਰੇ ਦਾ ਵਾਈਸ ਪ੍ਰਧਾਨ ਰਿਹਾ ਵਿਲੀਅਮ ਲੇਕ ਗੁਰਦੁਆਰਾ ਪਹਿਲਾਂ ਗੁਰਦੁਆਰਾ ਕਿਤੇ ਹੁੰਦਾ ਨਾ ਅਸੀਂ ਜਦੋਂ ਪਹਿਲਾਂ 4-5 ਸਾਲ ਸਾਡੇ ਸੀਗੇ ਅਸੀਂ ਆਪਣੀ ਤਨਖਾਹ ਦੇ ਜਿਹੜੇ ਪੈਸੇ 10 ਵੰਧ ਦੇਣਾ ਹੁੰਦਾ ਸੀ ਉੱਥੇ ਜਮ੍ਹਾਂ ਕਰਦੇ ਰਹਿੰਦੇ ਸੀਗੇ ਲਿਆ ਕੇ ਅਤੇ ਰੋਸ ਸਟਰੀਟ ਦੇ ਗੁਰਦੁਆਰੇ ਜਾਂ ਹੋ ਕੇ ਅਤੇ ਮੱਥਾ ਟੇਕ ਜਾਂਦੇ ਸੀਗੇ ਕਿਉਂਕਿ ਉੱਧਰ ਕੋਈ ਗੁਰਦੁਆਰਾ ਹੈ ਨਹੀਂ ਸੀਗਾ ਫਿਰ ਸਭ ਤੋਂ ਪਹਿਲਾਂ ਗੁਰਦੁਆਰਾ ਉਸ ਇਲਾਕੇ 'ਚ ਵਿਲੀਅਮ ਲੇਕ ਅਸੀਂ ਕਿਹਾ ਵੀ ਹੁਣ ਬਣਾਉਣਾ ਚਾਹੀਦਾ ਸਾਨੂੰ ਕਿਉਂਕਿ ਸਾਡੀ ਫੈਮਲੀਆਂ ਵੱਧ ਗਈਆਂ ਬੱਚੇ ਵਿਆਹਣ ਵਾਲੇ ਸੀ ਸਾਰਿਆਂ ਦੇ ਫਿਰ 72 ਦੇ ਵਿੱਚ ਅਸੀਂ ਉੱਥੇ ਕਮੇਟੀ ਬਣਾਈ ਉਹਦਾ ਮੈਂ ਵਾਈਸ ਪ੍ਰਧਾਨ ਰਿਹਾ 76 ਤੱਕ ਅਸੀਂ 74 ਦੇ ਵਿੱਚ ਅਸੀਂ ਗੁਰਦੁਆਰਾ ਉੱਥੇ ਬਿਲਡ ਕੀਤਾ ਅਸੀਂ ਸਾਰੇ ਇੱਧਰ ਪਿੰਡ ਸ਼ਹਿਰਾਂ 'ਚ ਪ੍ਰਿੰਸ ਜੋਜ ਅਤੇ ਉੱਪਰ ਬੈਂਡ ਰੂਹ ਹੋਏ ਸਾਰੇ ਸ਼ਹਿਰਾਂ 'ਚ ਜਾ ਕੇ ਗੁਰਾਹੀ ਕਰਦੇ ਰਹੇ ਹਾਂ ਇੱਧਰ ਵਿਕਟੋਰੀਆ ਨਨੈਮੋ ਡੰਕਨ ਸਾਰੇ ਸ਼ਹਿਰਾਂ 'ਚ ਇੱਧਰੋਂ ਆ ਕੇ ਪੈਸੇ ਲਗਾਏ ਅਸੀਂ ਤਾਂ ਅਸੀਂ ਗੁਰਦੁਆਰਾ ਬਣਾਇਆ 1975 'ਚ ਖੁੱਲ੍ਹਾ ਸੀਗਾ ਉਦੋਂ 74 'ਚ ਬਿਲਡ ਹੋ ਗਿਆ ਸੀਗਾ ਅਤੇ ਉਹਦਾ ਗੁਰਦੁਆਰਾ ਮੈਂ ਫਿਰ ਜਦੋਂ ਮੈਂ ਗਿਆ ਮੈਂ ਨਹੀਂ ਹੁਣ ਕੰਮ ਕਰਨਾ ਕਿਉਂਕਿ ਗੁਰਦੁਆਰਾ ਫ੍ਰੀ ਦਾ ਉੱਥੇ ਕਰਨਾ ਕੀ ਸੀਗਾ ਅਤੇ ਜਦ ਲੋਕ ਲਾਪਾਂ ਦੇ ਮੈਂ ਪ੍ਰਧਾਨ ਬਣਨਾ ਪ੍ਰਧਾਨ ਬਣਨਾ ਮੈਨੂੰ ਕਿਤੇ ਚਾਹ ਨਹੀਂ ਸਮੇਂ ਦਾ ਵੀ ਕੋਈ ਗਰੀਜ ਨਹੀਂ ਹੈਗੀ ਉਹ ਜਿਹੜਾ ਮਰਜ਼ੀ ਬਣਦਾ ਨਾ ਬਣਦਾ ਰਹੋ ਫਿਰ ਮੈਂ ਉਸ ਗੁਰਦੁਆਰੇ ਜਿਹੜੀ ਅਕਾਊਂਟੈਂਟਸ ਹੈ ਨਾ ਹਾਂਜੀ ਉਹਦੀ ਜਿਹੜੇ ਅਕਾਊਂਟ ਸੀ ਉਹ ਮੈਂ 20 ਸਾਲ ਤੱਕ ਤਕਰੀਬਨ ਚੈੱਕ ਕਰਦਾ ਰਿਹਾ ਉਹਨਾਂ ਦੇ ਓਕੇ ਆਡਿਟ ਵੈਰੀ ਨਾਈਸ ਕਿਉਂਕਿ ਮੇਰੇ ਕੋਲ ਅਕਾਊਂਟਿੰਗ ਦੀ ਸਰਟੀਫਿਕੇਟ ਹੈਗਾ ਜੀ ਅੱਛਾ ਓਕੇ ਇੰਜੀਨੀਅਰਿੰਗ ਵੀ ਅਕਾਊਂਟਿੰਗ ਵੀ ਦੈਟ ਆਈ ਡਿਡ 1981 ਅੱਛਾ ਕੋਰਸਪੋਂਡੈਂਟ ਕੋਰਸ ICS ਤੇ ਮੋਂਟਰੀਅਲ ਤੋਂ ਕੀਤਾ ਹੈਗਾ ਕਿਉਂਕਿ ਮੈਂ ਵਾਂਟ ਟੂ ਚੇਂਜ ਮਾਈ ਜੌਬ ਤੁਸੀਂ ਮੋਂਟਰੀਅਲ ਗਏ ਸੀ ਫਿਰ ਨੋ ਨੋ ਅੱਛਾ ਇੱਥੇ ਕੋਰਸਪੋਂਡੈਂਟ ਓਕੇ ਓਕੇ ਕੋਰਸਪੋਂਡੈਂਟ ਹਾਂਜੀ ਅੰਕਲ ਤੁਸੀਂ ਦੱਸ ਰਹੇ ਸੀ ਤੁਸੀਂ ਅਕਾਊਂਟਿੰਗ ਕਰਦੇ ਸੀ ਗੁਰਦੁਆਰੇ ਦੇ ਲਈ ਹਾਂ ਮੈਂ ਆਡਿਟ ਵਗੈਰਾ ਥੋੜਾ ਉਹਦੇ ਬਾਰੇ ਦੱਸਿਓ ਉਹ ਤੋਂ ਪਹਿਲਾਂ ਮੈਂ ਇਦਾਂ ਕੀਤਾ ਸੀਗਾ ਮੈਂ ICS ਮੋਂਟਰੀਅਲ ਤੋਂ ਕੋਰਸਪੋਂਡੈਂਟ ਕੋਰਸ ਨਾਲ ਆਪਣਾ ਅਕਾਊਂਟਿੰਗ ਦਾ ਸਰਟੀਫਿਕੇਟ ਕੀਤਾ ਸੀ 3 ਸਾਲ ਲਾ ਕੇ ਓਕੇ ਉਹਦੇ ਬਾਅਦ ਮੈਨੂੰ ਫਿਰ ਇਦਾਂ ਦੀ ਸਮਝ ਹੋ ਗਈ ਸੀ ਮੈਂ ਕਿੱਦਾਂ ਅਕਾਊਂਟ ਕਿੱਦਾਂ ਚੈੱਕ ਕਰਨੇ ਹਾਂਜੀ ਕਰਕੇ ਉਹ ਮੈਨੂੰ ਲਾਇਆ ਕਿਉਂਕਿ ਮੈਂ ਵਧੀਆ ਸਾ ਉਹਨਾਂ 'ਚੋਂ ਵੀ ਮੈਨੂੰ ਉਸ ਕੰਮ 'ਤੇ ਲਾ ਤਾ ਫਿਰ ਅਕਾਊਂਟ ਚੈੱਕ ਕਰਿਆ ਕਰਨੇ ਹਾਲਾਂਕਿ ਮੈਂ ਹੋਰ ਮੈਂ ਕੋਈ ਸੰਬੰਧ ਨਹੀਂ ਗੁਰਦੁਆਰੇ ਨੂੰ ਰੱਖਿਆ ਹਾਂਜੀ ਨਹੀਂ ਕੁਛ ਨਹੀਂ ਸੀਗਾ ਔਰ ਉੱਥੇ ਫਿਰ ਜਦੋਂ 2 ਗੁਰਦੁਆਰੇ ਹੋ ਗਏ ਉਦੋਂ ਪਹਿਲਾਂ ਉੱਥੇ ਇਲੈਕਸ਼ਨ ਹੋਣੀ ਸ਼ੁਰੂ ਹੋ ਗਈ ਜਦੋਂ ਇਲੈਕਸ਼ਨ ਹੋਣੀ ਸ਼ੁਰੂ ਹੋ ਗਈ 7 ਸਾਲ ਇਲੈਕਸ਼ਨ ਕਰਦੇ ਰਹੇ ਆ ਔਰ ਉਹਦੇ ਵਿੱਚ ਦੋਵੇਂ ਪਾਰਟੀਆਂ ਰਲ ਕੇ ਮੈਨੂੰ ਐਜ਼ ਏ ਮਿਟ ਜਿਹੜਾ ਨਿਊਟਰਲ ਬੰਦਾ ਖਾਂਭ ਕੇ ਮੈਨੂੰ ਉੱਥੇ ਦਾ ਪ੍ਰੈਜ਼ਾਈਡਿੰਗ ਆਫਿਸਰ ਜਾਂ ਜਿਹੜਾ ਇਲੈਕਸ਼ਨ ਆਫਿਸਰ ਮੈਨੂੰ ਕਰ ਰੱਖਦੇ ਹਰ ਸਾਲ ਵੈਰੀ ਨਾਈਸ ਈਅਰ ਫੋਰ 7 ਈਅਰਸ ਵੈਰੀ ਨਾਈਸ ਔਰ ਕਿਸੇ ਵੀ ਇੱਕ ਫੈਮਿਲੀ ਨੂੰ ਵੀ ਮੇਰੇ 'ਤੇ ਕੋਈ ਇਤਰਾਜ਼ ਨਹੀਂ ਹੋਇਆ ਅਤੇ ਫਿਰ ਅਸੀਂ ਫਿਰ ਗੁਰਦੁਆਰਾ ਫਿਰ ਹੁਣ 2 ਬਣ ਗਏ ਸਾਡੇ ਪਹਿਲਾਂ ਉੱਥੇ ਇੱਕ ਗੁਰਦੁਆਰਾ ਬਣਿਆ ਸੀਗਾ ਅਤੇ ਹੌਲੀ 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 ਉੱਥੇ ਸਾਡੀ ਆਬਾਦੀ ਵੱਧਦੀ ਗਈ 1 ਸਾਲ ਜਦੋਂ ਮੈਂ ਇਲੈਕਸ਼ਨ ਕਰਾਈ ਆ ਮੈਨੂੰ ਯਾਦ ਨਹੀਂ ਕਿਹੜਾ ਈਅਰ ਸੀਗਾ ਅਤੇ ਉਦੋਂ ਆਪਣੀਆਂ 821 ਵੋਟਾਂ ਗਈਆਂ ਆਪਣੀਆਂ ਓਕੇ ਅਤੇ ਆਬਾਦੀ ਸੀਗੀ ਅਬਾਊਟ ਸਾਡੀ ਤਕਰੀਬਨ ਮੇਰੇ ਖਿਆਲ 350-350 ਵੋਟ ਸੀ ਅੱਛਾ ਹੁਣ ਫਿਰ ਉੱਥੋਂ ਜਿੱਦਾਂ ਘੱਟ ਕੇ ਆ ਗਿਆ ਹੁਣ 50-60 ਨਹੀਂ ਰਹਿ ਗਈ ਬਰਖਾ ਬਾਕੀ ਜਿਹੜਾ ਮੇਰਾ ਬੇਟਾ ਸੀ ਸਭ ਤੋਂ ਬੜਾ ਜਦੋਂ ਅਸੀਂ ਆਏ ਹਾਂ 10 ਸਾਲ ਦਾ ਸੀਗਾ
ਉਹ ਜੂਬੋ ਸੀਗਾ ਮੇਰੇ ਬ੍ਰਦਰ ਕੋਲ, ਮੈਂ ਆਪਣੀ ਫੈਮਿਲੀ ਦੇ ਨਾਲ ਜਾਣਾ ਸੀ ਸਾਡਾ ਵਿਲੀਅਮ ਲੇਕ, ਮੈਂ ਵਿਲੀਅਮ ਲੇਕ ਚਲ ਗਿਆ ਆਪਣੇ ਫਾਦਰ ਲਾ ਦੇ ਨਾਲ, ਮੈਂ ਉੱਥੇ ਕੰਮ ਸ਼ੁਰੂ ਕਰ ਲਿਆ। ਜਾਂ ਮੈਂ ਇੱਥੇ ਮੈਨੂੰ ਫਿਰ ਮੇਰਾ ਬ੍ਰਦਰ ਫੋਨ ਗਿਆ ਵੀ ਸਕੂਲ ਵਾਲੇ ਕਹਿੰਦੇ ਇਹਦੇ ਸਿਰ ਮਨਾ ਦਿਓ, ਬਾਲ ਕਟਾਓ। ਫਿਰ ਉਹਦਾ ਮੈਨੂੰ ਫੋਨ ਚਲੇ ਗਿਆ, ਫਿਰ ਮੈਂ ਕਿਹਾ ਵੀ ਤੂੰ ਜਾਇਆ, ਕਹਿੰਦਾ ਮੈਂ ਨਹੀਂ ਕੁਛ ਵੀ ਕਰ ਸਕਦਾ। ਯਾਨੀ ਉਹ ਇੱਦਾਂ ਦਾ ਸੀ, ਮੇਰੇ ਮੰਗ ਨਾਲ ਸੀ ਗੱਲਾਂ ਬਾਤਾਂ ਕਰਨ ਵਾਲਾ, ਗੱਲ ਬਹੁਤ ਘੱਟ ਕਰਦਾ, ਹੁਣ ਬੋਲਦਾ ਨਹੀਂ ਆ। ਅਤੇ ਫਿਰ ਮੈਂ ਫਿਰ ਸੋਚਿਆ ਵੀ ਹੁਣ ਮੈਂ ਕੀ ਕਰਾਂ, ਮੈਂ ਤਾਂ ਜੇ ਕੰਮ ਲੱਗੇ ਨੂੰ ਮਹੀਨਾ ਹੋਇਆ ਸੀਗਾ, ਮੈਂ ਯੂਨਿਟ 'ਚ ਵੀ ਹੋਣਾ ਸੀਗਾ, ਮੈਂ ਕੰਮ ਕਿਤੇ ਛੱਡ ਕੇ ਆ ਜਾਵਾਂ ਨਾ। ਫਿਰ ਮੈਂ ਪ੍ਰਿੰਸੀਪਲ, ਮੈਨੂੰ ਇੱਕ ਸੋਚਿਆ ਵੀ ਮੈਂ ਪ੍ਰਿੰਸੀਪਲ ਚਿੱਠੀ ਲਿਖਦਾ। ਫਿਰ ਮੈਂ ਪ੍ਰਿੰਸੀਪਲ ਨੂੰ 2 ਪੇਜ ਦੀ ਚਿੱਠੀ ਲਿਖੀ, ਉਹ ਵਿੱਚ ਲਿਖਿਆ ਬਾਅਦ ਪੜ੍ਹਦਾ ਫਿਰ ਫਿਲੋਸਫੀ ਆਫ ਐਜੂਕੇਸ਼ਨ, ਉਹਨੂੰ ਸਾਰੀ ਸਮਝ ਆ ਗਈ। ਫਿਰ ਮੈਂ ਕਿਹਾ ਵੀ ਜੇ ਤੈਨੂੰ ਹਜੇ ਵੀ, ਮੈਂ ਕਿਹਾ ਤਾਂ ਟੋਲਰੈਂਸ ਸਿਖਾ ਦਈ ਐਜੂਕੇਸ਼ਨ, ਤੁਸੀਂ ਇਨਟੋਲਰੈਂਸ ਵੱਲ ਚੱਲਦੇ, ਤੁਸੀਂ ਸਾਡੇ ਬੱਚੇ ਨੂੰ ਜਿਹਦੇ ਸਿਰ 'ਤੇ ਕੇਸ, ਉਹਨੂੰ ਕਹਿੰਦੇ ਬਹਿ ਨਹੀਂ ਸਕਦਾ ਇੱਥੇ ਸਕੂਲ 'ਚ, ਇਹ ਠੀਕ ਨਹੀਂ ਹੈਗਾ। ਵੀ ਜੇ ਤੁਸੀਂ ਮੇਰੇ ਨਾਲ ਡਿਸਕਸ਼ਨ ਕਰਨੀ ਆ ਤਾਂ ਮੈਨੂੰ ਦੱਸੋ, ਮੈਂ ਕਾਹਦਾ, ਮੈਂ ਛੁੱਟੀ ਲੈ ਕੇ ਆਉਣਾ, ਮੈਂ ਇੱਥੇ ਆ ਜਾਊਂਗਾ ਅਤੇ ਮੈਨੂੰ ਦੱਸ ਦਿਓ ਟਾਈਮ। ਉਹਨੇ ਫਿਰ ਉਹਦੀ ਅਪੋਲੋਜੀ ਦੀ ਚਿੱਠੀ ਫਿਰ ਮੈਨੂੰ ਗਈ ਉਸ ਪ੍ਰਿੰਸੀਪਲ ਦੀ, ਉਹ ਕਹਿੰਦਾ ਆਈ ਅਪੋਲੋਜਾਈਜ਼ ਫੋਰ ਮਾਈ ਸੇਇੰਗ, ਬਟ ਕਹਿੰਦਾ ਆਈ ਹੈਵ ਐਕਸਪੀਰੀਅੰਸ ਦਾ ਨਾਵਲਟੀ ਆਫ ਦਾ ਟਰਮਿਨ ਟੂ ਦਾ ਹੋਲ ਸਕੂਲ, ਨੋ ਬੋਡੀ ਕੋਨ ਬਾਦਰ ਹਿਮ ਨਾਓ। ਉੱਥੇ ਤਾਂ ਉਹ ਸੀਗਾ, ਇੱਕ ਸਾਲ ਬਾਅਦ ਫਿਰ ਬੱਚਿਆਂ ਦਾ ਸਕੂਲ ਨਵਾਂ ਸ਼ੁਰੂ ਹੋਣਾ ਸੀ, ਫਿਰ ਮੈਨੂੰ ਵਿਲੀਅਮ ਲੇਕ ਲੈ ਗਿਆ ਸੀ, ਘਰ ਖਰੀਦਿਆ, ਘਰ ਖਰੀਦਿਆ, ਕਾਰ ਲੈ ਲਈ, ਫਿਰ ਬੱਚਿਆਂ ਨੂੰ ਲੈ ਗਿਆ ਉੱਥੇ। ਜੇ ਉੱਥੇ ਸਕੂਲ 'ਚ ਗਏ, ਉੱਥੇ ਗਲੈਂਡਲ ਐਲੀਮੈਂਟਰੀ ਸਕੂਲ ਦੀ ਪ੍ਰਿੰਸੀਪਲ ਹੁੰਦੀ ਮਿਸਰ ਹਕਵਲ, ਹੇਜ਼ਲ ਹਕਵਲ, ਉਹ ਸਕੋਟਿਸ਼ ਲੇਡੀ ਸੀ। ਉਹ ਇੱਦਾਂ ਜਿਹੜਾ ਇਹ ਤਾਂ ਕਹਿੰਦੇ ਸੀ, ਖਰੇ ਇੰਡੀਆ ਦੇ ਵੀ ਲੋਕ ਕੁੱਟ ਕੁੱਟ ਕੇ ਸਿੱਧੇ ਕਰਦੇ ਨਿਆਣੇ, ਵੀ ਸਾਡੇ ਨਿਆਣੇ ਕੁੱਟ ਜਾ ਕਰਕੇ ਦੱਸਣਾ, ਤਾਂ ਇੱਦਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ। ਫਿਰ ਉਹਦਾ ਸੁਨੇਹ ਆ ਜਾ ਕਰਨ ਮੈਨੂੰ ਘਰ ਨੂੰ, ਫਿਰ ਬਾਲ ਬਣਾਓ, ਦੱਸਿਆ ਇਹਦੇ ਬਾਲ ਕਟਾਓ, ਬਾਲ ਕਟਾਓ। ਫਿਰ ਮੈਂ ਇੱਕ ਚਲੇ ਗਿਆ, ਫਿਰ ਮੈਂ ਜਾ ਕੇ ਉਹਨੂੰ, ਮੈਂ ਔਫਿਸ ਦੇ ਬਾਹਰ ਸੀਗਾ, ਮੈਨੂੰ ਕਹਿੰਦੀ ਯੂ ਨੀਡ ਇੰਟਰਪ੍ਰੀਟਰ, ਮੈਂ ਕਿਹਾ ਆਈ ਡੋਂਟ ਥਿੰਕ ਸੋ। ਫਿਰ ਮੈਨੂੰ ਅੰਦਰ ਲੈ ਗਈ ਔਫਿਸ ਵਿੱਚ, ਹੁਣ ਤਕਰੀਬਨ 10 ਮਿੰਟ ਮੇਰੇ 'ਤੇ ਲੈਕਚਰ ਕੀਤਾ ਉਹਨਾਂ ਨੇ, ਤੁਹਾਨੂੰ ਲੈਕਚਰ ਕੀਤਾ? ਹਾਂ, ਲੈਕਚਰ ਕੀਤਾ ਵੀ ਇੱਦਾਂ ਕਰਨਾ, ਉਹ ਕਰਨਾ, ਮੇਰਾ ਸਕੂਲ ਐਕਸ ਹੁੰਦਾ, ਮੈਂ ਤਾਂ ਇੱਦਾਂ ਕਰਦੀ ਹਾਂ, ਇੱਥੇ ਕੋਈ ਵੀ ਇੱਦਾਂ ਦਾ ਨਿਆਣਾ ਨਹੀਂ ਹੋ ਸਕਦਾ ਜਿਹਦੇ ਵਾਲ ਹੋਣ, ਕੋਈ ਨਿਆਣੇ ਇੱਦਾਂ ਹੋਏ ਰੱਥੇ ਉੱਤੇ ਕੋਈ ਬੰਨ ਕੇ ਆਵੇ, ਕੁਛ ਇਹ ਨਹੀਂ, ਇੱਦਾਂ ਨਹੀਂ ਕਰ ਸਕਦਾ, ਮੇਰੇ ਸਕੂਲ 'ਚ ਕੁਛ ਨਹੀਂ ਹੋ ਸਕਦਾ। ਕਿਉਂਕਿ ਮੈਂ ਉਹ ਕਰਨਾ ਚਾਹੁੰਦਾ, ਕਹਿੰਦੀ ਮੈਂ ਇੱਥੇ ਖੇਲਾਂ ਕਰਾਉਣੀ ਹੈ, ਮੈਂ ਉਹ ਕਰਾਉਣੀ, ਮੈਂ ਆਹ ਕਰਾਉਣੀ ਹੈ, ਇੱਥੇ ਇਹ ਪਗੜੀ ਵਾਲਾ ਕਿੱਦਾਂ ਖੇਲੂਗਾ, ਫਲਾਨਾ ਕਿੱਦਾਂ ਕਰੂਗਾ, ਫਲਾਨਾ ਕਿੱਦਾਂ ਕਰੂਗਾ, ਕਿਹਦੇ ਦੀਆਂ ਗੱਲਾਂ ਮੈਨੂੰ ਕਹੀਆਂ ਅਬਾਊਟ ਟਾਈਮ। ਫਿਰ ਮੈਂ ਉਹਨੂੰ ਕਿਹਾ ਵੀ ਆਰਜੀ ਡਾਨ ਨਾਲ ਇਹਨਾਂ ਦੇ, ਅਤੇ ਮੈਂ ਫਿਰ ਮੈਂ ਉਹਨੂੰ ਦੱਸਿਆ ਵੀ ਮੈਂ ਐਜੂਕੇਸ਼ਨ ਡਿਪਾਰਟਮੈਂਟ ਵਿੱਚ 13 ਸਾਲ ਰਿਹਾ, ਐਂਡ ਆਈ ਹੈਡ ਦਾ ਅਪਰਚੁਨਿਟੀ ਟੂ ਬਿਕਮ ਦਾ ਪ੍ਰਿੰਸੀਪਲ ਆਫ ਹਾਈ ਸਕੂਲ, ਹੂ ਹੈਜ਼ 20 ਫੋਰ 2 ਈਅਰਸ, ਹੂ ਹੈਜ਼ 21 ਟੀਚਰਸ ਐਂਡ 350 ਸਟੂਡੈਂਟ ਫੋਰ 2 ਈਅਰਸ, ਅਤੇ ਮੈਨੂੰ ਪਤਾ ਕਿੱਦਾਂ ਕਰਨਾ। ਫਿਰ ਮੈਂ ਉਹਨੂੰ ਦੱਸਿਆ ਵੀ ਕਹਿੰਦੀ ਇਹ ਤਾਂ ਖੋਹ ਨਹੀਂ ਸਕਦਾ, ਮੈਂ ਕਾਹਦੇ ਲਈ ਖੋਹ ਸਕਦਾ, ਮੈਂ ਕਿਹਾ ਤੂੰ ਓਲੰਪਿਕ ਦੇਖੀ, ਓਲੰਪਿਕ ਗੇਮਸ, ਹਾਂਜੀ, ਉਸ ਵੇਲੇ ਤੱਕ ਹਜੇ ਇੰਡੀਆ ਅਨਬੀਟਨ, ਮੈਂ ਕਿਹਾ ਅਨਬੀਟਨ ਇੰਡੀਆ ਦੀ ਟੀਮ ਹੈ, ਉਹਦੇ ਵਿੱਚ 17 ਪਲੇਅਰ ਹੁੰਦੇ ਆ, 17 ਪਲੇਅਰ ਹੋ ਜੇ, ਮੈਂ ਕਿਹਾ 7 ਜਾਂ 6 ਜਾਂ 8 ਪੰਜਾਬ ਦੇ ਹੁੰਦੇ ਆ, ਉਹਦੇ ਵਿੱਚ 4 ਟਰਬਨ ਵਾਲੇ ਹੁੰਦੇ ਆ, ਹਾਂਜੀ। ਅਤੇ ਮੈਂ ਕਿਹਾ ਉਹ ਜਦ ਮੈਂ ਕਿਹਾ ਉਸ ਕੰਪੀਟੀਸ਼ਨ ਵਿੱਚ, ਜਦ ਉਸ ਕੰਪੀਟੀਸ਼ਨ ਵਿੱਚ ਇੱਕ ਵਰਲਡ ਲੈਵਲ ਦੇ ਕੰਪੀਟੀਸ਼ਨ ਵਿੱਚ ਸਿੱਖ ਖੇਡ ਸਕਦਾ, ਹਾਂਜੀ, ਇਹਦੇ ਛੋਟੇ ਜਿਹੇ ਸਕੂਲ 'ਚ ਕਿਉਂ ਨਹੀਂ ਮੁੰਡਾ? ਸਹੀ ਗੱਲ ਹੈ, ਬੜਾ ਵਧੀਆ ਰਿਸਪੌਂਸ ਦਿੱਤਾ ਤੁਸੀਂ। ਦੂਜੀ ਮੈਂ ਦੱਸਾਂ, ਮੈਂ ਕਿਹਾ ਹੈ ਵੀ ਹਰਡ ਅਬਾਊਟ ਦਾ ਫਲਾਇੰਗ ਸਿੱਖ, ਮਿਲਖਾ ਸਿੰਘ, ਮਿਲਖਾ ਸਿੰਘ, ਹਾਂ, ਫਿਰ ਮੈਂ ਉਹਦੀ ਉਦਾਹਰਨ ਸੀ ਮਿਲਖਾ ਸਿੰਘ ਦੀ, ਹੁਣ ਦੱਸਿਆ ਪਿਆ, ਉਦੋਂ ਮੈਨੂੰ ਯਾਦ ਸੀ, ਹੁਣ ਤਾਂ ਮੈਨੂੰ ਯਾਦ ਨਹੀਂ ਕਰਦਾ, ਉਸ ਵੇਲੇ ਮੀਡੀਆ ਤੋਂ ਆਇਆ ਸੀ, ਮੈਨੂੰ ਪਤਾ ਸਾਰਾ, ਹਾਂਜੀ, ਹੁਣ ਤਾਂ ਇੱਥੇ 50 ਸਾਲ ਹੋ ਗਏ ਸਾਨੂੰ, ਹਾਂਜੀ, ਵੀ ਉਸ ਵੇਲੇ ਤਾਂ ਪਤਾ ਸਰ, ਮੈਂ ਉਹਨੂੰ ਦੱਸਿਆ, ਮੈਂ ਕਿਹਾ ਮਿਲਖਾ ਸਿੰਘ ਇੱਦਾਂ ਤਾਂ ਕੀਤਾ, ਮੈਂ ਆ ਕੇ, ਮੈਂ ਕਿਹਾ ਉਹਨੂੰ ਫਲਾਇੰਗ ਸਿੱਖ ਕਹਿੰਦੇ ਆ, ਉਹ ਸਿੱਖ ਵਾ, ਉਸ ਵੇਲੇ ਤਾਂ ਪਗੜੀ ਆ, ਮੈਂ ਕਿਹਾ ਤੇਰੇ ਛੋਟੇ ਸਕੂਲ 'ਚ ਕਦੇ ਨਹੀਂ ਇੱਦਾਂ, ਫਿਰ ਵੀ ਉਹਨੇ ਅਸੀਂ ਤੱਕ ਉਸ ਲੇਡੀ ਨੇ ਇਹਨੇ ਜਿਦੇ ਰੱਖੀ ਆ, ਪਰ ਇਹਨੂੰ ਇੱਦਾਂ ਰੇਤਾ ਬਿਲਕੁਲ ਨਹੀਂ ਸਿਰ ਦਾ ਮਨਾਵੇ, ਆਪਣੀ ਪਗੜੀ ਇੱਥੇ ਲਾ ਕੇ ਰੱਖ ਦਿਆ ਕਰੇ, ਖੇਡ ਲਿਆ, ਪਰ ਇਹ ਖੇਲਾਂ ਵਿੱਚ ਤਕੜਾ ਸਿਖਾ, ਇਹ ਗੇਮ ਸਾਰੀਆਂ ਇਹਨਾਂ ਦੀਆਂ ਸੀਆਂ, ਪਹਿਲਾਂ ਚੁਸਤ ਸਿਖਾ ਇੰਡੀਆ ਤੋਂ, ਫਿਰ ਉਹ ਫਿਰ ਇਹ ਜਦ ਫਿਰ ਹਾਈ ਸਕੂਲ ਚਲੇ ਗਿਆ, ਉੱਥੇ ਹੋਰ ਬੱਚੇ ਜਿਹੜੇ ਆਪਣੇ ਆਪਣੇ ਮੁੰਡੇ ਸੀ, ਉਹ ਇਹਨੂੰ ਖਰਾਬ ਕਰਦੇ ਹੁੰਦੇ ਸੀ, ਅੱਛਾ, ਤੇ ਜਿਹੜੇ ਆਪਣੇ ਸੀਗੇ ਉਹ ਮੋਨੇ ਸੀਗੇ, ਜਿੱਦਾਂ ਇਹ ਮੋਨੇ ਸੀ, ਇਹ ਕੱਲਾ ਬੰਦਿਆਂ ਸੀਗਾ, ਇਹ ਕੱਲਾ ਨਿਆਣਿਆਂ ਸੀਗਾ, ਸਾਰੇ ਮੋਨੇ ਸੀਗੇ, ਹੁਣ ਜਿਹੜੇ ਹੁਣ ਸਾਰੇ ਅੰਮ੍ਰਿਤਧਾਰੀ ਆ ਜਿੰਨੇ ਵੀ ਹੁਣ, ਸਾਰੇ ਪਹਿਲਾਂ ਮੋਨੇ ਸੀਗੇ,
ਵਿਲੀਅਮ ਲੇਕ ਦੇ, ਇੱਥੇ ਵੀ ਇੱਦਾਂ ਹੀ ਆ, ਸਾਰੇ ਇੱਦਾਂ ਹੀ ਸੀਗੇ। ਫਿਰ ਸਕੂਲ ਵਿੱਚ ਵੀ ਇਹਨੂੰ ਬੜੀ ਪ੍ਰੋਬਲਮ ਆਈ ਹਾਈ ਸਕੂਲ 'ਚ। ਇੱਕ ਵਾਰੀ ਮੈਂ ਕਿਹਾ ਪ੍ਰਿੰਸੀਪਲ ਤੈਨੂੰ ਕੀ ਹੋਇਆ, ਕਹਿੰਦਾ ਮੇਰਾ ਮੁੰਡਾ ਲੜ ਪਿਆ। ਮੈਂ ਕਿਹਾ ਵੀ ਮੈਂ ਕਿਹਾ ਪ੍ਰਿੰਸੀਪਲ ਨੂੰ ਦੱਸਾਂ, ਕਹਿੰਦਾ ਨਹੀਂ, ਕਹਿੰਦਾ ਇਹ ਮੇਰੀ ਪ੍ਰੋਬਲਮ ਹੈ, ਤੁਹਾਡੀ ਵੀ ਤੁਸੀਂ ਜਾਓ ਕੰਮ। ਇਹਨਾਂ ਆਪ ਫਿਰ ਕਿਉਂਕਿ ਤਕੜਾ ਸਿਖਾ, ਗੱਡੀ ਖੇਡਦਾ ਸੀਗਾ, ਮੁੰਡਾ ਵੀ ਸੀਗਾ। ਇਹਨੇ ਫਿਰ ਬਸ ਗੋਰੇ ਨੂੰ ਸੂਟ ਕੁੱਟ ਕੁੱਟ ਕੇ ਸਿੱਧਾ, ਇਹ ਰਿਐਲਿਟੀ ਆ। ਹਾਂਜੀ, ਬੜਾ ਉਹਦਾ ਬੜਾ ਸ਼ਾਂਤੀ ਆ। ਹਾਂਜੀ, ਇਹ ਪਹਿਲਾਂ ਜਿਹੜੇ ਇੱਦਾਂ ਹੁੰਦਾ ਸਾ ਕਿ ਸਾਨੂੰ ਕਿਹੜੀ ਜਿੱਦਾਂ ਨਾ ਲੋਕ ਸਾਨੂੰ ਚੰਗਾ ਨਹੀਂ ਸਮਝਦੇ ਗੋਰੇ। ਇੱਕ ਵਾਰੀ ਮੈਂ ਗੈਸਟ, ਮੇਰੇ ਦਾ ਇਹ ਮੁੰਡਾ ਸਾ ਮੇਰਾ, ਇਹ 11 ਸਾਲ ਦਾ ਸੀਗਾ, ਮੈਨੂੰ ਸਾਲ ਹੋ ਗਿਆ ਸੀ। ਮੈਂ ਕਾਰ ਲੈ ਕੇ ਕਾਰ 'ਚ ਗੈਸ ਪਾਉਣ ਗਿਆ ਗੈਸ ਸਟੇਸ਼ਨ 'ਤੇ, ਪੈਸੀਫਿਕ ਹੁੰਦਾ ਸੀ, ਪੈਸੀਫਿਕ ਦਾ ਗੈਸ ਰੇਲ। ਹਾਂਜੀ, ਉਹਦਾ ਜਿਹੜਾ ਉਹਦਾ ਮਾਲਕ ਸਾ ਉਹ ਮੇਰਾ ਮਿੱਤਰ ਸਾ ਜੈਰੀ ਹੈਂਸਨ, ਉਹ ਤਾਂ ਮੈਨੂੰ ਜਾਣਦਾ ਸਾ ਠੀਕ ਤਰ੍ਹਾਂ, ਕਿਉਂਕਿ ਪਕੜੀ ਵਾਲਾ ਬੰਦਾ ਕੋਈ ਕੋਈ ਹੁੰਦਾ। ਹਾਂਜੀ, ਉੱਥੇ ਇੱਕ ਬੰਦਾ ਉੱਡੀ ਦੂਰੋਂ ਕਿੰਨੀ ਦੂਰੋਂ ਆਇਆ, ਦੌੜਾ ਦੌੜਾ, ਉਹ ਟਰੱਕ ਵਾਲਾ ਸੀਗਾ, ਉਹ ਬਾਹਰ ਰੈਂਚਰ ਸੀਗਾ, ਕੋਈ 50 ਮੀਲ ਬਾਹਰ ਰਹਿੰਦਾ ਸੀ ਵਿਲੀਅਮ ਲੇਕ ਤੋਂ, ਬਾਹਰ ਕਿਤੇ। ਉਹ ਆਇਆ ਮੈਨੂੰ ਕਹਿੰਦਾ, ਯਾਰ ਮੈਂ ਇੰਗਲਿਸ਼ ਬੋਲੀ, ਮੈਨੂੰ ਤਾਂ ਪਤਾ ਨਾ ਸੀ ਪਗੜੀ ਵਾਲਾ ਬੰਦਾ ਵੀ ਇੰਗਲਿਸ਼ ਬੋਲ ਸਕਦਾ। ਫਿਰ ਮੈਂ ਉਹਨੂੰ ਦੱਸਿਆ ਵੀ ਸਾਡੇ ਤਾਂ ਇੰਗਲਿਸ਼ ਕੰਪਲਸਰੀ ਆ, ਘੈਂਟ ਘੱਟ ਦੀ ਡਿਗਰੀ ਵਿਦਆਊਟ ਪਾਸ। ਫਿਰ ਉਹ ਕਹਿੰਦਾ ਅੱਛਾ, ਕਹਿੰਦਾ ਸਾਨੂੰ ਤਾਂ ਇੱਦਾਂ ਹੁੰਦਾ ਸੀ ਜਿਹੜਾ ਪਗੜੀ ਵਾਲਾ ਬੰਦਾ ਆ ਉਹ ਖਰਿਆ ਕਿੱਦਾਂ ਦਬਾਉਣਾ ਆ, ਇਹਦੇ ਸਾਡੇ ਦੋਵਾਂ ਦੇ ਪਗੜੀ। ਇਹ ਸਾਨੂੰ ਬੜੀ ਪ੍ਰੋਬਲਮ ਤਾਂ ਬਹੁਤ ਆਈਆਂ, ਇਹ ਜਿਹੜਾ ਸਾਡੇ ਨਫ਼ਰਤ ਵੀ ਬਹੁਤ ਕਰਦੇ ਸੀ ਕੁਛ ਸਾਡੇ ਉੱਥੇ ਜਿਹੜੇ ਸੀ ਨੇਟਿਵ ਇੰਡੀਅਨ ਵੀ ਹੁੰਦੇ ਸੀ। ਹਾਂਜੀ, ਉਹਨਾਂ ਬਾਰੇ ਥੋੜ੍ਹਾ ਜਿਹਾ ਦੱਸੋ ਕਿੱਦਾਂ ਸੀਗਾ ਰਿਲੇਸ਼ਨ ਪੰਜਾਬੀ ਕਮਿਊਨਿਟੀ ਦਾ। ਪੰਜਾਬੀ ਕਮਿਊਨਿਟੀ ਦਾ ਇੱਦਾਂ ਸੀਗਾ ਵੀ ਜਿੰਨੇ ਕੋਈ ਸੀ ਇੱਦਾਂ ਦੇ ਉਹ ਸੀਗੇ, ਅਸੀਂ ਜਰਾ ਕੋਲ ਅਸੀਂ ਕੰਮ ਕਾਰ ਕਰਦੇ ਸੀ, ਕੰਮ ਦੀ ਹੱਕ ਦੀ ਕਮਾਈ ਖਾਂਦੇ ਸੀਗੇ, ਉਹ ਗੌਰਮੈਂਟ ਤੋਂ ਲੈ ਕੇ ਖਾਂਦੇ ਤੋਂ ਸ਼ਰਾਬ ਵੀ ਪੈ ਰਹਿੰਦੇ ਸੀਗੇ ਅਤੇ ਲੜਦੇ ਹੁੰਦੇ ਸੀ, ਤੁਹਾਡੇ ਨਾਲ ਹੋ ਪੈਂਦੇ ਸੀ ਕਦੇ ਕਦੇ, ਇੱਕੇ ਦੁੱਕ ਹੋ ਪੈਂਦੇ ਸੀਗੇ ਜਿਹੜੇ ਫੈਮਲੀਆਂ ਵਾਲੇ ਸੀ, ਅਸੀਂ ਨਸ਼ੀ ਕਦੇ ਜਾਂਦੇ ਵੀਰ ਪਾਲਰਾਂ 'ਚ, ਜਿਹੜੇ ਕੋਈ ਮੁੰਡੇ ਇਕੱਲੇ ਇਕੱਲੇ ਸਿੰਗਲ ਹੋ ਸਿੰਗਲ, ਹਾਂਜੀ ਅਨਮੈਰਿਡ ਚਲੇ ਜਾਂਦੇ ਸੀਗੇ ਵੀਰ ਪਾਲਰ 'ਚ, ਉੱਥੇ ਵੀਰ ਪਾਲਰ 'ਚ ਬਹੁਤੀ ਲੜਾਈ ਹੁੰਦੀ ਆ, ਉੱਥੋਂ ਹੋਈ ਸ਼ਰਾਬ ਪੀ ਕੇ ਲੜ ਪੈਂਦੇ ਸੀ ਬਸ। ਹਾਂ, ਹੁੰਦੀ ਸੀ ਵੈਸੇ ਉਹਦਾ ਆਰਾਮ ਆਰਾਮ ਰਿਹਾ। ਅਤੇ ਕਦੇ ਕਦੇ ਅਸੀਂ ਇੱਦਾਂ ਕਰਦੇ ਸੀ, ਅਸੀਂ ਦੇਖਣਾ ਸਿਚੁਏਸ਼ਨ ਦੇਖਣੀ ਆ ਵੀ ਉਹ ਜੇ ਬੰਦਾ ਖਰਾਬ ਜਿਹਾ ਤਾਂ ਦੂਜੇ ਪਾਸੇ ਲੰਘ ਜਾਓ, ਹਾਂ ਅਵੋਇਡ ਕਰੋ, ਹੈ ਨਾ ਜੀ। ਸਹੀ ਗੱਲ, ਇਹ ਸਿਚੁਏਸ਼ਨ ਤੁਸੀਂ ਦੇਖੋ ਨਾ। ਹਾਂਜੀ, ਅਤੇ ਤੁਹਾਡੀ ਜਿਹੜੀ ਐਜੂਕੇਸ਼ਨ ਹੈ ਉਹਨੂੰ ਤੁਸੀਂ ਆਪਣੀ ਲਾਈਫ ਵਿੱਚ ਵੀ ਯੂਜ਼ ਕਰੋ। ਬਿਲਕੁਲ ਸਹੀ ਗੱਲ, ਜੋ ਕੁਛ ਪੜ੍ਹਿਆ ਉਹਨੂੰ ਯੂਜ਼ ਕਰੋ। ਜੇ ਤੁਸੀਂ ਅੜਬਾਈ ਇਹ ਕਰਦੇ ਫਿਰ ਨਹੀਂ ਠੀਕ ਨਹੀਂ। ਅਤੇ ਸਾਡੇ ਜਿੱਦਾਂ ਅਸੀਂ 30 ਸਾਲ ਉੱਥੇ ਰਹੇ, 30 ਈਅਰਸ, ਉੱਥੋਂ ਪੈਨਸ਼ਨ ਲੈ ਕੇ ਫਿਰ ਆਏ ਇੱਥੇ। ਇੱਥੇ ਫਿਰ ਬੱਚਾ ਜਿਹੜਾ ਮੇਰਾ ਛੋਟਾ ਬੇਟਾ ਹੈ ਇੰਜੀਨੀਅਰ ਸੀਗਾ, ਹੁਣ ਤਾਂ ਸਟਾਕ ਐਨਾਲਿਸਟ ਆ ਫਾਈਨੈਂਸ ਕੰਪਨੀ ਵਿੱਚ ਆ ਕੈਨੇਡਾ ਵਿੱਚ, ਇੱਥੇ ਆ ਵੈਨਕੂਵਰ ਜਾਂਦਾ ਰੋਜ਼ ਕੰਮ ਕਰਨਾ। ਓਕੇ, ਹੁਣ ਤਾਂ ਹੋਲੀਡੇ 'ਤੇ ਗਏ, ਉਹਨਾਂ ਦਾ ਉਹਨਾਂ ਦੀ ਹੈਗੀ ਆ ਐਨਵਰਸਰੀ। ਓਕੇ, ਵੈਰੀ ਨਾਈਸ। ਐਨਵਰਸਰੀ ਮਨਾਉਣ ਗਏ, ਪਹਿਲੀ ਨੂੰ ਗਏ ਤਾਂ ਹੁਣ 10 ਮਿੰਟ ਲਾ ਲਏ। ਅਤੇ ਇੱਦਾਂ ਉਹ ਜਾਂਦੇ ਹਰ ਵਾਰ ਨਿਆਣਿਆਂ ਨੂੰ ਲੈ ਜਾਂਦੇ, ਬੱਚੇ ਸਾਡੇ ਕੋਲ ਆ, ਪੋਤਾ ਸਾਡਾ 14 ਸਾਲ ਦਾ ਆ, ਸੋਰੀ 7 ਰੇਂਜ, ਅਤੇ ਬੇਟੀ ਅਤੇ ਪੋਤੀ ਹੈਗੀ 14 ਸਾਲ ਦੀ, ਖੇਡ ਵੀ ਸਾਡੇ ਕੋਲ ਪੜ੍ਹਦੇ ਆ ਰੋਜ਼ ਸਕੂਲ, ਹਾਈ ਟੌਪ, ਓਵਰ 90% ਮਾਰਕਸ ਲੈਂਦੇ ਆ, ਬੜੀ ਵਧੀਆ ਗੱਲ ਹੈ। ਹਾਂਜੀ, ਕੀ ਚਾਹੀਦਾ ਬੰਦੇ ਨੂੰ ਹੋਰ ਇਹ ਸਾਰੀ, ਪਰ ਜੋ ਕੁਛ ਵੀ ਹੈਗਾ ਤੁਹਾਡੀ ਇਮਾਨਦਾਰੀ ਦੀ ਮਿਹਨਤ ਔਰ ਪਰਮਾਤਮਾ ਦੀ ਰਜ਼ਾਮੰਦੀ। ਸਹੀ ਗੱਲ, ਸਭ ਕੁਛ ਸਹੀ ਗੱਲ। ਅਸੀਂ ਵੈਸੇ ਬਹੁਤ ਹਾਰਡਸ਼ਿਪਸ ਦੇਖੀਆਂ ਹੈਗੀਆਂ, ਪਰ ਅਸੀਂ ਇੱਦਾਂ ਨਹੀਂ ਖੜ੍ਹੇ ਹੋ ਪਏ ਆਹ ਇੱਦਾਂ ਹੋਇਆ ਤਾਂ ਕਾਹਦੇ ਕਰਨਾ, ਨਹੀਂ ਕਰਨਾ, ਹਾਂ ਕਰਨਾ। ਮੈਨੂੰ ਆਪਣੇ ਵਾਸਤੇ ਮੈਨੂੰ ਬਹੁਤ ਪ੍ਰੋਬਲਮ ਆਈਆਂ ਸੀਗੀਆਂ, ਮੈਨੂੰ ਜਿੰਨੇ ਬੰਦੇ ਆਪਣੇ ਤੋਂ ਸਾਰੇ ਕਹਿੰਦੇ ਸਿਰ ਮਨਾ ਦੇ, ਮੈਂ ਕਿਹਾ ਕਾਹਦੇ ਮਨਾ ਦੂੰ। ਉਹ ਕਹਿੰਦੇ ਤੈਨੂੰ ਜੋਬ ਨਹੀਂ ਮਿਲਣੀ। ਮੈਂ ਕਿਹਾ ਵੀ ਜੋਬ ਤਾਂ ਨਹੀਂ ਮਿਲਣੀ, ਜੋਬ ਮੈਨੂੰ ਨਾ ਮਿਲੂ ਨਾ ਸਹੀ। ਕਹਿੰਦੇ ਫਿਰ ਕੀ ਕਰੇਗਾ, ਇਹ ਜਾਣੀ ਆਪਣੇ ਬੰਦਿਆਂ ਦੇ ਜਿਹੜੇ ਮੇਰੇ ਕੋਲ ਰਹਿੰਦੇ ਸੀ ਉਹਨਾਂ ਦੀ ਗੱਲ ਆ, ਮੈਂ ਤੁਹਾਨੂੰ ਦੱਸਦਾ ਜਿਹੜਾ ਮੁੰਡੇ ਸੀਗੇ, ਸਿਆਣੇ ਸਮੇਂ ਸਾਡੇ ਨਾਲ ਪਹਿਲੀ ਜਨਰੇਸ਼ਨ ਜਿਹੜੀ ਸੀ, ਪਹਿਲੀ ਜਨਰੇਸ਼ਨ, ਮੈਂ ਜਦੋਂ ਉਹਨਾਂ ਤੋਂ ਲੈਣਾ ਸੀ ਤੁਸੀਂ ਹੁਣ ਸਾਡੇ ਲਈ ਆ। ਹਾਂਜੀ ਹਾਂਜੀ ਉਹ ਕਹਿੰਦੇ ਤੇਰੀ ਜੋਬ ਨਹੀਂ ਮਿਲਣੀ। ਮੈਂ ਕਿਹਾ ਤਾਂ ਕੀ ਹੋ ਨਾ ਮਿਲੂ, ਕਹਿੰਦੇ ਫਿਰ ਕੀ ਕਰੇ ਕਰੇਗਾ। ਮੈਂ ਕਿਹਾ ਮੈਂ ਵਾਪਸ ਚੱਲ ਜਾਊਂ, ਹਾਂਜੀ ਮੈਂ ਆਇਆ ਹੀ ਸੀਗਾ, ਜੋਬ ਨਹੀਂ ਸੀ ਮਿਲਣੀ। ਕਹਿੰਦੇ ਕਿ ਤੂੰ ਕਿਰਾਇਆ ਕਿੱਥੇ ਲਾਊਂਗਾ ਇੰਨੇ ਆਣ ਤੇਰੇ ਨਾਲ ਲੈ ਕੇ ਆ। ਮੈਂ ਉਹਨੂੰ ਜਵਾਬ ਤਾਂ ਮੈਂ ਕਿਹਾ ਤੇਤੇ ਨਹੀਂ ਮੈਂ ਮੰਗਦਾ, ਮੈਂ ਆਪੇ ਲਾ ਲੂੰ, ਕਿਉਂਕਿ ਮੈਂ ਸ਼ੋਰ ਸੀਗਾ ਵੀ ਜੇ ਕਿਸੇ ਬੰਦੇ ਨੇ ਮੈਨੂੰ ਸਵਾਲ ਕਰਨਾ ਵੀ ਤੂੰ ਪਗੜੀ ਕਾਹਦੇ ਰੱਖੀ ਹੋ, ਮੈਂ ਦੱਸ ਦੂੰਗਾ। ਜੇ ਮੈਨੂੰ ਪੁੱਛਿਆ ਕੇਸ ਕਾਹਦੇ ਰੱਖਿਆ, ਮੈਂ ਦੱਸ ਦੂੰਗਾ, ਬਿਕੋਜ਼ ਆਈ ਕੈਨ ਐਕਸਪਲੇਨ, ਆਈ ਕੈਨ ਐਕਸਪੀਰੀਅੰਸ, ਯਾ ਤੁਸੀਂ ਐਕਸਪ੍ਰੈਸ ਯੂਅਰ ਸੈਲਫ, ਯੂ ਕੈਨ ਐਕਸਪਲੇਨ ਯੂਅਰ ਸੈਲਫ, ਤਾਂ ਉਹਦੇ ਵਿੱਚ ਰਹਿ ਕੀ ਗਿਆ, ਰਹਿ ਕੀ ਗਿਆ। ਸਹੀ ਗੱਲ, ਫਿਰ ਜਿਹੜਾ ਕੋਈ ਬੰਦਾ ਤੁਹਾਨੂੰ ਕੁਛ ਕਹਿੰਦਾ ਆ, ਬੜੀ ਗੱਲ ਇਹ ਆ ਕਿ ਜਿਹੜਾ ਬੰਦਾ ਤੁਹਾਨੂੰ ਇਹ ਤੁਹਾਡੇ 'ਤੇ ਹੇਟਰ ਕਰਦਾ ਹੈ ਨਾ, ਉਹਨੂੰ ਤੁਸੀਂ ਉਹਨੂੰ ਇਹ ਨਹੀਂ ਪਤਾ ਵੀ ਅਸੀਂ ਕੌਣ ਆ, ਸਾਡੇ ਅੰਦਰ ਥੋੜ੍ਹਾ ਪਤਾ ਕੀ ਆ, ਉਹ ਤਾਂ ਬਾਹਰ ਹੀ ਪਤਾ ਆ, ਹੋਰ ਕੀ ਪਤਾ। ਜਦ ਤੱਕ ਤੁਸੀਂ ਅੰਦਰੋਂ ਬੋਲ ਕੇ ਨਹੀਂ ਦੱਸਦੇ ਉਸ ਬੰਦੇ ਨੂੰ ਪਤਾ ਲੱਗੂਗਾ, ਬਿਲਕੁਲ। ਜਦ ਬੋਲ ਕੇ ਦੱਸਦੇ ਹਾਂ ਉਹ ਤੁਹਾਡਾ ਪਿਆਰ ਮਿੱਤਰ ਬਣ ਜਾਂਦਾ, ਉਹਨੂੰ ਬੋਲਣ ਦਾ
ਯੋਰ ਸਕਸੈਸ ਡਿਪੈਂਡਸ ਔਨ ਦ ਵੇ ਯੂ ਪ੍ਰੈਜ਼ੈਂਟ ਯੋਰਸੈਲਫ ਟੂ ਅਦਰ ਪੀਪਲ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਇਹ ਤਾਂ ਬੜੀ ਵੈਲਿਡ ਪੁਆਇੰਟ ਦਾ ਅਸੂਲ ਰਿਹਾ ਉਹ ਵੀ ਅਸੀਂ ਮੌਜਾਂ ਤਾਂ ਠੀਕ ਆ, ਵਾਹਿਗੁਰੂ ਦੀ ਕਿਰਪਾ ਆ, ਬੱਚੇ ਸਾਡੇ ਬੜਾ ਵਿੱਚ ਬੇਟਾ ਜਿਹੜਾ ਉਹ ਨਹੀਂ ਰਿਹਾ, ਛੋਟਾ ਵੀ ਨਹੀਂ ਰਿਹਾ, ਪਰ ਇਹ ਸਟਾਕ ਐਨਾਲਿਸਟ ਹੈਗਾ ਹੁਣ, ਅਤੇ ਬੜੀ ਭਾਰੀ ਕੰਪਨੀ 'ਚ ਕੰਮ ਕਰਨਾ ਹੈਗਾ, ਅਤੇ ਸੋਹਣਾ ਰੁਜ਼ਗਾਰ ਚੱਲੀ ਜਾਂਦਾ। ਇਹਦੇ ਪਹਿਲਾਂ ਇਹਦੀ ਬੜਾ ਜਿਹੜਾ ਛੋਟਾ ਬੇਟਾ ਆ ਬੜਾ ਚੱਲ ਗਿਆ ਉੱਥੇ, ਬੜੀ ਬੇਟੀ ਵੀ ਅਮਰੀਕਾ ਚਲੇ ਗਈ, ਇਹਨੇ ਇੱਥੇ ਕਹਿੰਦਾ ਮੈਂ ਵਿਆਹ ਤਾਂ ਕਰਾਉਣਾ ਆ ਜੇ ਤੁਸੀਂ ਮੇਰੇ ਵਿੱਚ ਰਹੋਗੇ, ਮਤਲਬ ਵਿੱਚ ਮਤਲਬ ਨਾਲ ਰਹੋਗੇ ਅਤੇ ਸਾਡਾ ਨਾਲ ਅਸੀਂ ਰਹੀਏ ਉਹਦੇ ਨਾਲ। ਓਕੇ, ਕਹਿੰਦਾ ਮੇਰੀ ਸ਼ਰਤ ਆ ਵਿਆਹ ਮੈਂ ਤਾਂ ਕਰਾਉਣਾ, ਮੈਂ ਆਪਣੇ ਘਰ ਵਾਲੀ ਨੂੰ ਦੱਸ ਦੇਣਾ ਜਿਵੇਂ ਮੇਰਾ ਵਿਆਹ ਕਰਾਉਣਾ ਆ, ਉਹ ਇੱਕ ਸਿੱਖ ਹੋਣੀ ਚਾਹੀਦੀ ਆ, ਮੈਨੂੰ ਕੱਟਣ ਨੂੰ ਦੇਖ ਕੇ ਆਪ ਕੱਟੇਗਾ, ਬਹੁਤ ਵਧੀਆ ਨੂੰ ਸਿੱਖ ਰੱਖਣਾ ਆ ਅਤੇ ਬਾਕੀ ਮੇਰੇ ਮਾਂ ਬਾਪ ਨੇ ਮੇਰੇ ਨਾਲ। ਇਹ ਤਾਂ ਜੀ ਬਹੁਤ ਵਧੀਆ, ਤੁਸੀਂ ਆਪਣੇ ਬੱਚਿਆਂ ਨੂੰ ਵੈਲਿਊ ਦਿੱਤੀ ਨੇ। ਉਹ ਕਹਿੰਦਾ ਜੇ ਕਹਿੰਦਾ ਇਹ ਅਸੀਂ ਵੀ ਤੂੰ ਇੱਦਾਂ ਇਹ ਸ਼ਰਤ ਜਾਣਦੇ ਅਤੇ ਸਾਨੂੰ ਨਾਲ ਵਿਆਹ ਤਾਂ ਰੱਖ, ਅਸੀਂ ਆਪਣੇ ਲੜਾਈ ਇੰਡੀਪੈਂਡੈਂਟ ਸਹਿਗੇ ਪਹਿਲਾਂ ਤਾਂ ਅਸੀਂ ਇੰਡੀਪੈਂਡੈਂਟ ਕਿਸੇ 'ਤੇ ਆਏ ਆ, ਹਾਂਜੀ ਹੈ ਨਾ। ਫਿਰ ਕਹਿੰਦਾ ਨਹੀਂ, ਕਹਿੰਦਾ ਤੁਸੀਂ ਤੁਹਾਨੂੰ ਮੈਂ ਇਸ ਕਰਕੇ ਨਾਲ ਰੱਖਣਾ ਕਿ ਜਿਹੜੇ ਮੇਰੇ ਬੱਚੇ ਆ ਉਹ ਘੱਟੋ ਘੱਟ ਮੇਰੇ ਵਰਗੇ ਹੋ ਜਾਣ। ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ। ਫਿਰ ਉਹ ਕਹਿੰਦਾ ਜੇ ਤੁਹਾਨੂੰ ਇੱਦਾਂ ਕੁੜੀ ਨਹੀਂ ਲੱਭਦੀ ਮੈਨੂੰ ਇੰਡੀਆ ਲੈ ਜਾਓ, ਉੱਥੇ ਵਿਆਹ ਕਰਾਂਗਾ। ਸਿੱਖ ਇੱਥੇ ਸਾਨੂੰ ਕੁੜੀ ਲੱਭੇ ਬਹੁਤ ਨਾਈਸ ਹੈ, ਠੀਕ ਹੈ, ਸਭ ਕੁਛ ਹੋਏਗਾ, ਸਿੱਖ ਹੈ ਕੁੜੀ, ਸਭ ਫੈਮਲੀ ਅੱਛੀ ਹੈ, ਬੜੇ ਅੱਛੇ, ਤੁਹਾਨੂੰ ਦੱਸਿਆ ਡਾਕਟਰ ਵੀ ਬੜੇ ਨਾਈਸ ਹੈ ਉਹ, ਤਾਂ ਬਾਕੀ ਸਾਡਾ ਇੰਨਾ ਲੰਘੀ ਜਾਂਦਾ। ਫਿਰ ਹੁਣ ਉਹ ਕਹਿਣ ਦਾ ਹੁੰਦਾ ਘਰ ਦੇ ਕਹਿੰਦਾ ਵੀ ਤੁਸੀਂ ਜਦ ਆਹ ਘਰ ਬਣਾਇਆ ਕਹਿੰਦਾ ਤੁਸੀਂ ਇੱਦਾਂ ਕਰੋ, ਤੁਸੀਂ ਵਿੱਚ ਦਾ ਹਿੱਸਾ ਨਾ ਪਾਓ, ਮੇਰੇ ਕੋਲ ਰਹੀ ਆਓ, ਅਸੀਂ ਇੱਦਾਂ ਰਹਿਣਾ ਸੀ, ਅਸੀਂ ਆਪਣੇ ਘਰ ਦੇ ਵਿੱਚ ਹਿੱਸਾ ਪਾ ਕੇ ਤਾਂ ਰਹਿਣਾ ਆ। ਦੇਖੋ ਜੀ ਅਸੀਂ ਬੈਠੇ ਸਾਡਾ ਘਰ ਵਾ, ਹਾਂਜੀ ਉਹ ਬੈਠਾ ਉਹਦੇ ਘਰ ਵਾ, ਹਾਂਜੀ ਸਹੀ ਗੱਲ ਹੈ ਜੀ, ਇਕੱਠੇ ਵੀ ਹੋ ਗਏ, ਪੈਸਿਆਂ ਨੂੰ ਕਰਨਾ ਕੀ ਆ, ਤੁਸੀਂ ਪੈਸੇ ਨਾਲ ਨਹੀਂ ਗੱਲਾਂ ਕਰਨਾ, ਨਾ ਕੰਧਾਂ ਨਾਲ ਗੱਲਾਂ ਕਰਨੀਆਂ, ਬੰਦੇ ਨਾਲ ਗੱਲ ਕਰਨੀ। ਹਾਂਜੀ ਸਹੀ ਗੱਲ ਹੈ। ਹੁਣ ਬੱਚੇ ਆਉਂਦੇ ਆ ਸਾਡੇ, ਪੋਤਾ ਆਉਂਦਾ, ਪੋਤੀ ਆਉਂਦੀ, ਪਹਿਲਾਂ ਆ ਕੇ ਸਭ ਜੱਫੀ ਪਾਉਂਦੇ ਆ, ਫਿਰ ਉਹ ਨਹੀਂ ਜਾਣਾ ਆ, ਜਾਣ ਲੱਗਿਆ ਨੇ ਬਾਏ ਕਹਿਣਾ, ਆਉਣ ਲੱਗਿਆ ਨੇ ਹੈਲੋ ਕਹਿਣਾ ਆ, ਹੈ ਨਾ, ਕਿੰਨੀ ਖੁਸ਼ੀ ਦੀ ਗੱਲ ਹੈ। ਇਹੋ ਗੱਲ ਹੈ ਸਾਰੀ, ਬੱਚੇ ਜਿਹੜੇ ਤੁਹਾਡੇ ਠੀਕ ਹੈ ਤੁਹਾਡੇ ਕੋਲ, ਸਾਰੇ ਲੋਕ ਕਹਿੰਦੇ ਤੁਸੀਂ ਕੋਈ ਘਰ ਨਹੀਂ ਖਰੀਦਿਆ, ਤੁਸੀਂ ਉਹ ਨਹੀਂ ਕੀਤਾ, ਤੁਸੀਂ ਆਹ ਨਹੀਂ, ਇੱਕ ਘਰ ਦੇ ਵਿੱਚ 25 ਸਾਲ ਇੱਕੋ ਘਰ 'ਚ ਰਹੇ, ਆਪਣੇ ਬਣਾਇਆ ਸਾਰੇ ਰੂਪਲੈਕਸ ਆ ਰਹੇ, 76 ਵੀ ਮੂਵ ਹੋਏ ਸੀ, ਇਸ ਦਾ ਮੁੜ ਕੇ 25 ਸਾਲਾਂ ਬਾਅਦ ਇੱਥੇ ਆਏ ਹਾਂ, ਅਤੇ ਉਹ ਅਸੀਂ ਇੱਕੋ ਘਰ 'ਚ ਇਸ ਕਰਕੇ ਰਹੇ ਵੀ ਅਸੀਂ ਨਿਆਣਿਆਂ ਪਰ ਪੈਸੇ ਲਾ ਤੇ ਘਰਾਂ 'ਚ ਨਹੀਂ ਲਾਏ। ਯੂ ਬੀ ਸੀ ਤਾਂ ਤੁਹਾਨੂੰ ਪਤਾ ਦੇਰਵਲ ਇਨ 1988 ਦੇਰ ਵਾ 3 ਕਿਡਸ ਐਟ ਦਾ ਸੇਮ ਟਾਈਮ ਇਨ ਯੂ ਬੀ ਸੀ, ਜਿਹੜੀ ਮੇਰੀ ਐਲਡਰ ਡਾਟਰ ਹੈ ਸ਼ੀ ਵਾਜ਼ ਡੂਇੰਗ ਬੀ ਐਡ, ਜਿਹੜਾ ਸੈਕੰਡ ਸੀ ਉਹ ਫਾਰਮੇਸੀ ਤੀਜੇ ਸਾਲ ਸੀ, ਜਿਹੜਾ ਮੇਰਾ ਛੋਟਾ ਬੱਚਾ ਇਹ ਪਹਿਲੇ ਸਾਲ ਗਿਆ ਸੀਗਾ, ਤਿੰਨ ਬੱਚੇ ਉੱਥੇ ਕਰਦੇ ਸੀ, ਤਿੰਨ ਬੱਚੇ ਯੂ ਬੀ ਸੀ ਸੀਗੇ, ਕੈਂਪਸ ਦਾ ਖਰਚ, ਫੀਸਾਂ ਦਾ ਖਰਚ, ਰਹਿਣ ਦਾ ਖਰਚ, ਜਾਣ ਆਉਣ ਦਾ ਖਰਚ ਸਾਡਾ, ਵੀ ਯੂਜ਼ ਟੂ ਕਮ ਐਵਰੀ ਅਦਰ ਵੀਕਐਂਡ, 6 ਘੰਟੇ ਡਰਾਈਵ ਵੈਰ ਨੂੰ, 6 ਘੰਟੇ ਉਹਨੂੰ, ਹਰ 2 ਘੰਟੇ ਦੋ ਵੀਕਾਂ ਬਾਅਦ ਅਸੀਂ ਇਹਨਾਂ ਨੂੰ ਮਿਲਣ ਲਾਉਂਦੇ ਸੀ, ਕਦੇ ਕਦੇ 3 ਵੀਕਾਂ ਵੀ ਹੋ ਜਾਂਦੀਆਂ, ਕਦੇ ਮਹੀਨਾ ਵੀ, ਐਵਰੇਜ ਸਾਡੀ 2 ਵੀਕਾਂ ਦੀ ਹੁੰਦੀ ਸੀ ਵੀ ਜ਼ਰੂਰ ਅਸੀਂ ਆਉਣਾ, ਜ਼ਰੂਰੀ ਅਸੀਂ ਦੇਖਣਾ, ਜਾ ਕੇ ਦੇਖਣਾ ਕੀ ਕਰਦੇ, ਕਿੱਥੇ ਬੈਠੇ, ਕਿੱਦਾਂ ਰਹਿਣ ਬਹਿਣ ਵਾ, ਕਿੱਦਾਂ ਰਹਿੰਦੇ, ਕਿਹਨਾਂ ਨਾਲ ਗੱਲਾਂ ਕਰਦੇ ਆ, ਇਹਨਾਂ ਫਰੈਂਡਸ ਕੌਣ ਆ, ਅਸੀਂ ਜਿਹੜਾ ਅਸੀਂ ਪਰਮਾਤਮਾ ਵੱਲੋਂ ਅਸੀਂ ਮਿਹਨਤ ਕੀਤੀ ਹੈ, ਠੀਕ ਆ, ਕਿਉਂਕਿ ਅਸੀਂ ਸਾਡੇ ਕੋਲ ਵੀ ਪਰਮਾਤਮਾ ਨੇ ਐਜੂਕੇਸ਼ਨ ਦਿੱਤੀ ਹੋਈ ਸੀ, ਅਸੀਂ ਕਿਹੜੇ ਕੋਲੋਂ ਲੈ ਕੇ ਆਏ ਸੀ, ਅੱਧਰ ਚੰਨ ਤੋਂ ਥੋੜ੍ਹੇ ਲੈ ਕੇ ਆਏ ਸੀ, ਅਤੇ ਫਿਰ ਇਹਨਾਂ ਦੇ ਫਿਰ ਇਹਨਾਂ ਦਾ ਤਾਂ ਠੀਕ ਹੈ, ਇੱਦਾਂ ਨਿਆਣੇ ਠੀਕ ਲੱਗਣੇ ਹੁਣ, ਠੀਕ ਇਹ ਸਾਰੀ ਤੁਸੀਂ ਹਾਰਡ ਵਰਕ ਕੀਤਾ ਆਪਣੇ ਬੱਚਿਆਂ ਦੇ, ਇਨਵੈਸਟ ਕੀਤਾ ਤਾਂ ਹੀ ਰਿਜ਼ਲਟ ਵਧੀਆ ਹੈ, ਆਪਣੇ ਆਪ ਨੂੰ ਇੱਕ ਮਾਡਲ ਸੈੱਟ ਕੀਤਾ। ਸਹੀ ਗੱਲ ਹੈ ਜੀ, ਤੁਹਾਨੂੰ ਕੁਰਬਾਨੀ ਕਰਨੀ ਪੈਂਦੀ, ਯੂ ਹੈਵ ਟੂ ਸੈਕਰੀਫਾਈਸ, ਜੇ ਤੁਸੀਂ ਆਪਣੇ ਬੱਚਿਆਂ ਨੂੰ ਠੀਕ ਕਰਨਾ ਤੁਹਾਨੂੰ ਕੁਰਬਾਨੀ ਕਰਨੀ ਪਊਗੀ, ਹਾਂਜੀ, ਕਿ ਤੂੰ ਜੇ ਹੁਣ ਇੱਥੇ ਅਸੀਂ ਬੰਦੇ ਆਮ ਜਬ ਮੈਂ ਹੀ ਹਾਂ, ਮੇਰਾ ਮਿਸਾਲ ਲੈ ਲਾ, ਮੈਂ ਮਿਰਚ ਕੰਮ ਕਰਕੇ ਆਇਆ, ਕਿਉਂਕਿ ਮੈਂ 30 ਸਾਲ ਮਿਰਚ ਕੀਤਾ, ਨੋ ਮੈਟਰ ਵੈਦਰ ਕੁਆਲਿਟੀ ਕੰਟਰੋਲ ਵਟ ਐਵਰ, ਵਟ ਐਵਰ ਸਟਾਫ ਮੈਂਬਰ ਵਟ ਐਵਰ, ਬਟ ਪਰ ਕੀਤਾ ਤਾਂ ਸਾਹ ਮਿਲਤੀ ਹੈ, ਦੈਟ ਵਾਜ਼ ਲੇਬਰ, ਹਾਂਜੀ, ਈਵਨ ਜਿਹੜੇ ਆ ਜਿਹੜੇ ਅਫਸਰ ਵੀ ਇਹ ਵੀ ਲੇਬਰ ਹੀ ਕਰਦੇ ਆ, ਹਾਂਜੀ ਸਹੀ, ਲੇਬਰ ਦੀ ਜਿਹੜੀ ਮੈਨੂੰ ਤਾਂ ਸੀਗਾ ਕਿ ਮੈਂ ਹਰ ਇੱਕ ਤਰ੍ਹਾਂ ਦਾ ਕੰਮ ਕਰ ਸਕਦਾ, ਕਿਉਂਕਿ ਜਦ ਮੈਂ BSc 'ਚ ਪੜ੍ਹਦਾ ਸਾ, ਸਾਡੇ ਕਾਲਜ ਦੇ ਵਿੱਚ ਇੱਕ ਮੈਗਜ਼ੀਨ ਛਪਦਾ ਹੁੰਦਾ ਸੀਗਾ, ਉਹਦੇ ਵਿੱਚ ਮੈਂ ਇੱਕ ਆਰਟੀਕਲ ਲਿਖ ਕੇ ਦਿੱਤਾ ਸੀਗਾ, ਓਕੇ, ਡਿਗਨਿਟੀ ਆਫ ਲੇਬਰ, ਉਹਦੇ ਵਿੱਚ ਮੈਂ ਸਭ ਕੁਝ ਲਿਖਿਆ ਸੀਗਾ, ਕਈ ਅਖਬਾਰਾਂ 'ਚੋਂ ਪੜ੍ਹ ਕੇ, ਮੈਗਜ਼ੀਨਾਂ 'ਚੋਂ ਪੜ੍ਹ ਪੜ੍ਹ ਕੇ, ਹਰ ਇੱਕ ਚੀਜ਼ ਜਿੱਦਾਂ ਜਿਵੇਂ ਚੰਗੀ ਲੱਗੀ ਬੁੱਕਸ ਵਿੱਚ ਪੜ੍ਹ ਕੇ ਇੱਕ ਆਰਟੀਕਲ ਦਿੱਤਾ ਸੀ, ਉਹ 'ਚ ਮੈਨੂੰ ਉਹਨੇ ਫਿਰ ਸ਼ਾਬਾਸ਼ ਦਿੱਤੀ ਸੀ, ਮੇਰਾ ਆਰਟੀਕਲ ਬਹੁਤ ਵਧੀਆ ਹੈ, ਉਹ ਡਿਗਨਿਟੀ ਆਫ ਲੇਬਰ ਦਾ ਮੇਰੇ ਅੰਦਰ ਉਦੋਂ ਦਾ ਜਲਸਾ ਚੱਲਿਆ ਆਉਂਦਾ ਸੀਗਾ ਵੀ ਜਿਹੜਾ ਮਰਜ਼ੀ ਕੰਮ ਕਰ ਲਓ, ਜਿਹੜਾ ਮੈਨੂੰ ਬੜੀ ਵਧੀਆ ਗੱਲ ਹੈ ਜੀ ਇਹ ਤਾਂ, ਹਾਂਜੀ, ਇਸ ਕਰਕੇ ਬੰਦਾ ਕਾਮਯਾਬ ਤਾਂ ਹੁੰਦਾ ਜੇ ਇੱਦਾਂ ਕਰੇ, ਨਹੀਂ ਕਰੇ, ਸਹੀ ਗੱਲ ਹੈ ਜੀ, ਸਹੀ ਗੱਲ ਹੈ ਜੀ। ਬਟ ਜੀ ਥੈਂਕ ਯੂ ਵੈਰੀ ਮਚ, ਤੁਸੀਂ ਟਾਈਮ ਕੱਢਿਆ ਅਤੇ ਮੈਨੂੰ ਤੁਹਾਡੀ ਸਟੋਰੀ ਬਹੁਤ ਹੀ ਵਧੀਆ ਲੱਗੀ, ਅਤੇ
ਹਾਂਜੀ ਥੈਂਕ ਯੂ ਹਾਂਜੀ ਹੋਰ ਜੇ ਤੁਸੀਂ ਕੁਛ ਹੋਰ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਫੀਲ ਫਰੀ ਠੀਕ ਹੈ ਪੁੱਛੋ ਕੁਐਸਚਨ ਤਾਂ ਮੇਰੇ ਇਹੀ ਸੀਗੇ ਤੁਸੀਂ ਸਾਰਾ ਕੁਛ ਅਸੀਂ ਕਵਰ ਕਰ ਹੀ ਲਿੱਤਾ ਆਨਸਰਸ ਦੇ ਵਿੱਚ ਕੈਨੇਡਾ ਆ ਗਏ ਸੀਗੇ ਤੁਸੀਂ ਇੰਡੀਆ ਵਿਜ਼ਿਟ ਕਰਦੇ ਰਹਿੰਦੇ ਸੀਗੇ ਫਰਸਟ ਟਾਈਮ ਤੁਸੀਂ ਕਿੰਨੇ ਸਾਲਾਂ ਬਾਅਦ ਗਏ ਅਸੀਂ 6.5 ਸਾਲ ਬਾਅਦ ਪਹਿਲੀ ਵਾਰ ਗਏ 76 ਵਿੱਚ 69 ਚ ਆਏ ਅਸੀਂ ਸਪਟੰਬਰ ਚ ਓਕੇ ਫਰਵਰੀ 76 ਵਿੱਚ ਗਏ ਆ ਓਕੇ ਚਾਰ ਤਿੰਨ ਬੱਚੇ ਸਾਡੇ ਨਾਲ ਸੀ ਚੌਥਾ ਇੱਥੇ ਸੀਗਾ ਉਹਨੂੰ ਅਸੀਂ ਲੈ ਕੇ ਕਿਉਂਕਿ 10ਵੀਂ 'ਚ ਪੜ੍ਹਦਾ ਸੀ ਓਕੇ ਓਕੇ ਫਿਰ ਉਹਦੇ ਬਾਅਦ ਅਸੀਂ ਗਏ ਹਾਂ 81 'ਚ ਠੀਕ ਹੈ ਜੀ ਮਈ ਮਹੀਨੇ ਜਾਂ ਯੂਨੀਵਰਸਿਟੀ ਛੁੱਟੀਆਂ ਹੋਈਆਂ 15 ਮਈ ਨੂੰ ਜਾ ਕੇ 6 ਸਤੰਬਰ ਨੂੰ ਅਸੀਂ ਮੁੜੇ ਸੀਗੇ 1981 ਠੀਕ ਹੈ ਉਦੋਂ ਅਸੀਂ ਸਾਰੇ ਬੱਚੇ ਨਾਲ ਲੈ ਕੇ ਗਏ ਸੀ ਪੜ੍ਹਾ ਕੇ ਠੀਕ ਹੈ ਜੀ ਜਿਹੜਾ ਯੂਨੀਵਰਸਿਟੀ ਪੜ੍ਹਦਾ ਸੀ ਹਾਂਜੀ ਹਾਂਜੀ ਉਹਨੂੰ ਆ ਕੇ ਫਿਰ ਐਡਮਿਸ਼ਨ ਨਾ ਮਿਲੀ ਇੰਜੀਨੀਅਰਿੰਗ ਕਰਨੀ ਸੀਗੀ ਫਿਰ ਉਹ ਕਹਿੰਦਾ ਚਲੋ ਹੁਣ ਮੈਂ ਇੱਕ ਸਾਲ ਕੰਮ ਕਰ ਲੈਣਾ ਮੈਂ ਕਹਿੰਦਾ ਨਹੀਂ ਤੂੰ ਇੱਦਾਂ ਕਰ ਚਾਰ ਲੈਟਸ ਗੋ ਟੂ UBC ਮੈਂ ਉਹਨੂੰ ਫਿਜ਼ਿਕਸ ਵਿੱਚ ਐਡਮਿਸ਼ਨ ਲੈ ਦਿੱਤੀ ਪਹਿਲੀ 1 ਡਿਗਰੀ ਉਹਦੀ ਫਿਜ਼ਿਕਸ ਦੀ ਹੈ ਦੂਜੀ ਡਿਗਰੀ ਇੰਜੀਨੀਅਰਿੰਗ 2 ਡਿਗਰੀਆਂ ਦੇ ਕੋਲ ਅੱਛਾ ਵੈਰੀ ਨਾਈਸ ਅਤੇ ਅਸੀਂ ਹੁਣ ਦੱਸਤਾ ਸਾਹਿਬ ਵੀ ਤੂੰ ਪੜ੍ਹ ਚਾਹੇ ਨਾ ਪੜ੍ਹ ਤੇਰਾ ਕੈਂਪਸ ਵਿੱਚ ਜਗ੍ਹਾ ਹੈ ਵਿਨੀਆਂ ਦੇ ਤੂੰ ਜਾ ਨਹੀਂ ਸਕਦਾ ਫਿਰ ਅਸੀਂ ਫਿਰ ਉਹ ਤੋਂ ਬਾਅਦ ਗਏ ਹਾਂ 91 ਫਿਰ ਸਾਡੇ ਬੱਚਿਆਂ ਦੀ ਏਜ ਇੱਦਾਂ ਦੀ ਹੋ ਗਈ ਸੀ ਇਹਨੂੰ ਛੱਡ ਕੇ ਜਾ ਨਹੀਂ ਸਕਦਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਨਾ ਚਾਰੇ ਬੱਚੇ ਪੜ੍ਹਦੇ ਸੀ ਕੀ ਕਰਦੇ ਹੈ ਨਾ ਵਿਆਹਣ ਵਾਲੇ ਸੀ ਮੂਹਰੇ ਫਿਰ ਅਸੀਂ 91 ਚ ਗਏ ਓਕੇ 91 ਚ ਜਾ ਕੇ December 1st 1991 ਚ ਗਏ ਹਾਂ 92 February 6 ਨੂੰ ਮੁੜ ਕੇ ਆਏ ਅਸੀਂ ਓਕੇ ਲੰਬੇ ਟਾਈਮ ਲਈ ਦੋ ਮਹੀਨੇ ਲੱਗ ਢਾਈ ਤਿੰਨ ਮਹੀਨੇ ਇਹਦੇ ਇਹਦੀ ਭਤੀਜੀ ਦਾ ਵਿਆਹ ਕਰਨ ਗਏ ਸੀ ਦਿੱਲੀ ਓਕੇ ਓਕੇ ਉਹ ਸਾਡੇ ਕੋਲ ਅਸੀਂ ਪਾਲੀ ਸੀ ਇੱਥੇ ਹਾਂਜੀ ਉਹਦਾ ਵਿਆਹ ਕਰਨ ਗਏ ਸੀ ਓਕੇ ਓਕੇ ਉਹ ਤੋਂ ਬਾਅਦ 81 ਤੋਂ ਬਾਅਦ ਫਿਰ ਮੈਂ ਗਿਆ 93 ਚ ਹਾਂਜੀ ਮੇਰੇ ਫਾਦਰ ਦੀ ਡੈਥ ਹੋ ਗਈ ਸੀ ਤਾਂ ਗਿਆ ਸੀ ਓ 93 ਤੋਂ ਬਾਅਦ ਫਿਰ ਅਸੀਂ ਆਏ ਹਾਂ 97 ਚ ਇਹਦੇ ਭਤੀਜੇ ਦਾ ਵਿਆਹ ਕਰਨ ਗਿਆ ਸੀ ਇੱਕ ਦਾ ਇੱਥੋਂ ਲੈ ਕੇ ਗਿਆ ਸੀ ਉਹ ਪਾਲਿਆ ਸੀ ਅਸੀਂ ਓਕੇ 97 ਚ ਗਏ ਹਾਂ ਉਹ ਤੋਂ ਬਾਅਦ ਫਿਰ ਤਾਂ ਮੈਂ 98 ਚ ਵੀ ਗਿਆ ਮੈਂ ਇਕੱਲਾ ਓਕੇ ਅਸੀਂ ਇਕੱਠੇ ਜਾਂਦੇ ਹਾਂ ਹਾਂਜੀ ਮੈਂ ਇਕੱਲਾ ਗਿਆ ਸੀ ਉਦੋਂ ਇਹਦੇ ਭਰਾ ਨੂੰ ਤਾਂ ਇੱਥੇ ਯਾਰੀ ਲੈ ਕੇ ਆਉਣਾ ਸੀਗਾ ਆਪ ਨਹੀਂ ਸੀ ਆ ਸਕਦੇ ਹਾਂਜੀ ਹਾਂਜੀ ਫਿਰ 98 ਫਿਰ ਅਸੀਂ ਗਏ ਹਾਂ 2000 ਚ ਠੀਕ ਹੈ 2000 ਚ ਫਿਰ ਅਸੀਂ ਜਾ ਕੇ ਉੱਥੇ ਰਹੇ ਹਾਂ ਤਕਰੀਬਨ 5 ਮਹੀਨੇ ਅਸੀਂ ਫਿਰ ਉਹ ਹੇਮਕੁੰਡ ਸਾਹਿਬ ਨੂੰ ਗਏ ਸੀ ਅੱਛਾ ਓਕੇ ਵੈਰੀ ਨਾਈਸ ਸੋ ਕਾਫੀ ਤੁਸੀਂ ਫਿਰ ਜਾਂਦੇ ਰਹੋ ਬੇਸਿਕਲੀ ਇੰਡੀਆ ਉਹ ਤੋਂ ਬਾਅਦ ਤਾਂ ਹੁਣ ਅਸੀਂ ਆਲਮੋਸਟ ਐਵਰੀ ਈਅਰ ਗਏ ਨਹੀਂ ਨਹੀਂ ਬੜੀ ਵਧੀਆ ਗੱਲ ਹੈ ਜੀ ਅਸੀਂ ਇੱਥੋਂ 1-2 ਮਹੀਨੇ ਕੈਲੀਫੋਰਨੀਆ ਲਾਇਆ ਨੇ ਆ 2 ਮਹੀਨੇ ਉੱਥੇ ਲਾਏ ਦੇ ਆ ਓਕੇ ਘੁੰਮਦੇ ਰਹਿੰਦੇ ਹੋ ਕੱਲ ਵੀ ਚਲੋ ਬੈਡਮਿੰਟਨ ਚਲ ਜਾਓ ਆਪਣੇ ਰਿਸ਼ਤੇਦਾਰ ਕੇ ਸਿਸਟਰ ਆ ਕੇ ਦੇਖੋ ਓਕੇ ਤੇ ਇੱਥੇ ਵਿਲੀਅਮ ਲੇਕ ਵੀ ਇੱਥੇ ਜਦੋਂ ਰਹੀਦਾ ਉਦੋਂ ਵੀ ਆਲਗੋੜ ਮਿਲਦੇ ਵਿਹਲੇ ਨਹੀਂ ਮਿਲਦੇ ਅਸੀਂ ਅੱਜ ਤੂੰ ਆ ਜਾਏ ਵੀ ਆ ਚਾਹ ਪੀ ਜਾਂਦੇ ਤਾਂ ਤੇਰੇ ਕੋਲ ਤੂੰ ਤੁਸੀਂ ਇੱਥੇ ਆ ਜਾਓ ਠੀਕ ਹੈ ਗੱਲਬਾਤ ਕਰੋ ਹੈ ਨਾ ਓਕੇ ਫਿਰ ਉਤਰੋ ਜੇ ਇੱਕ ਇਹਨੇ ਪੁੱਛਿਆ ਮੁੰਡੇ ਨੇ ਕੁਐਸਚਨ ਕੀਤਾ ਤੁਸੀਂ ਵਾਕ ਕਰਦੇ ਹੁੰਦੇ ਆ ਹਾਂਜੀ ਵਾਕ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਸੁਪਰ ਸਟੋਰ ਗਰੋਸਰੀ ਲੈਣ ਜਾਣਾ ਆ ਹਾਂਜੀ ਜਿਹੜਾ 76 ਦੇ ਉੱਤੇ ਪਰੇ ਇੱਕ ਪਾਰਕ ਹੈ ਦੂਰ ਉੱਥੇ ਕਾਰ ਖੜੀ ਕਰਕੇ ਦੌੜੇ ਨੇ ਚੱਲ ਜਾਣਾ ਬੱਗੀ ਲੈ ਕੇ ਬੱਗੀ ਪਾ ਕੇ ਦੌੜੇ ਨੇ ਫੇਰ ਆ ਜਾਣਾ ਕਿੰਨੀ ਵਾਟ ਪੈਂਦੀ ਆ ਮੈਂ ਇੱਦਾਂ ਨਹੀਂ ਕਹਿੰਦਾ ਮੇਰੇ ਕੋਲ ਕੋਲ ਸਟੋਰ ਦੇ ਮੂਹਰੇ ਲਾਵਾਂ ਨਹੀਂ ਹਾਂਜੀ ਮੈਂ ਇੱਦਾਂ ਦੇ ਕੁਛ ਅਸੀਂ ਆਪਣੇ ਨਿਯਮ ਬਣਾਏ ਹੋਏ ਹਾਂਜੀ ਸਹੀ ਗੱਲ ਨਿਯਮ ਬਣਾਉਣੇ ਪੈਂਦੇ ਆ ਹਾਂਜੀ ਅਤੇ ਹੁਣ ਜਦੋਂ ਬੱਚੇ ਪੜ੍ਹਦੇ ਸੀ ਅਸੀਂ ਨਹੀਂ TV ਦੇਖੀ ਹਾਂਜੀ ਇਹਨਾਂ ਸਿਰਫ ਇਹ ਸਾਲ ਆਊਟ ਸੀਗਾ ਵੀ ਇੱਕ ਨਿਊਜ਼ ਜ਼ਰੂਰ ਨਹੀਂ ਮੈਂ ਹੁਣ ਵੀ ਦੇਖਦਾ ਅਤੇ ਨਿਊਜ਼ ਅਤੇ ਇੱਕ ਸਪੋਰਟਸ ਦਾ 1 ਘੰਟਾ ਤੁਸੀਂ ਦੇਖ ਸਕਦੇ ਹਾਂ ਬਾਕੀ ਤੁਸੀਂ ਅਲਾਊਡ ਨਹੀਂ ਹੈਗੇ ਅਸੀਂ ਆਪ ਹੀ ਨਹੀਂ ਦੇਖਦੇ ਜੇ ਹੁਣ ਅਸੀਂ ਇੱਥੇ ਬੈਠੇ ਹਾਂ ਆਏ ਹਾਂ ਆ ਕੇ ਬੰਦਾ ਸ਼ਰਾਬ ਪੀ ਕੇ ਦਾਰੂ ਪੀ ਕੇ ਅਤੇ ਬਹਿ ਜਾਵੇ ਕਾਲ 'ਤੇ ਨਿਆਣੇ ਜਿਹਾ ਰੌਲਾ ਜਿਹਾ ਪਾਉਂਦੇ TV ਦੇਖਦੇ ਲੱਗਣਾ ਉਹ ਥੋੜ੍ਹਾ ਥੋੜ੍ਹਾ ਬੇਸਮੈਂਟ ਜਾ ਕੇ ਪੜ੍ਹੋ ਬੇਸਮੈਂਟ ਨੂੰ ਕੀ ਪੜੂਗੇ ਵਿਚਾਰੇ ਸਹੀ ਗੱਲ ਹੈ ਨਾ ਆਪਣੀ ਨਿਗਰਾਨੀ 'ਚ ਰੱਖੋ ਤੁਸੀਂ 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 TV ਜ਼ਰੂਰ ਦੇਖਣ ਨਾ ਦੇਖੋ ਹੈ ਨਾ ਫਿਰ ਇਹ ਇਹ ਤੁਹਾਨੂੰ ਆਪਣੇ ਆਪ ਵਿੱਚ ਕੁਛ ਨਾ ਕੁਛ ਕੰਟਰੋਲ ਡਿਸਿਪਲਿਨ ਰੱਖਣਾ ਪੈਂਦਾ ਮਾਡਲ ਬਣਨਾ ਇੱਕ ਇੱਕ ਮਿੰਟ ਮੈਨੂੰ ਲੱਗਦਾ ਬੈਟਰੀ ਮੁੱਕ ਗਈ ਹੈ ਕੋਲ ਚਾਰਜਿੰਗ ਤੇ ਨਾ ਤਾਂ ਇਹ ਨਹੀਂ ਗੱਲਾਂ ਨਹੀਂ ਸਕਦੀ ਤੁਸੀਂ ਬੈਟਰੀ ਬਦਲੋ ਹੈ ਜਾਂ ਨਹੀਂ ਮੁੰਡੇ ਦੀ ਗੱਲ ਕਰ ਲੈਂਦੇ ਆ ਹਾਂਜੀ ਹੁਣ ਪੁੱਛੋ ਵੀ ਸਵਾਲ ਜਿਹੜਾ ਪੁੱਛਣਾ ਹਾਂਜੀ ਇਹੀ ਸੀਗੇ ਕੁਐਸਚਨ ਉਹ ਤੁਸੀਂ ਕੰਟੀਨਿਊ ਕਰ ਰਹੇ ਸੀਗੇ ਜਿਹੜਾ ਦੱਸ ਰਹੇ ਸੀਗੇ ਹਾਂ ਜੇ ਹੁਣ ਬੰਦਾ ਇਹਦਾ ਆਪ ਆਪ ਮਾਡਲ ਨਹੀਂ ਬਣਦਾ ਤਾਂ ਬੱਚਿਆਂ ਨੂੰ ਕੀ ਸਿੱਖਣਾ ਹਾਂਜੀ ਹੈ ਨਾ ਤੁਹਾਨੂੰ ਸ਼ਰਾਬ ਪੀਣੀ ਵੀ ਛੱਡਣੀ ਪਊ ਹੈ ਨਾ ਤੁਹਾਨੂੰ ਬੁਰੇ ਕੰਮ ਕਰਨਾ ਵੀ ਛੱਡਣੇ ਪਊਗੇ ਤੁਹਾਨੂੰ ਝੂਠ ਬੋਲਣਾ ਵੀ ਛੱਡਣਾ ਪਊ ਫਿਰ ਤੁਹਾਨੂੰ ਹਾਰਡ ਵਰਕ ਕਰਨਾ ਪਊਗਾ ਤਾਂ ਹੀ ਬੱਚਾ ਕਰੂਗਾ ਸਹੀ ਜੇ ਤੁਸੀਂ ਕੁਛ ਵੀ ਨਹੀਂ ਕਰਦੇ ਕਿਉਂ ਜਾ ਕਰਿਆ ਹੋਵੇ ਉਹ ਕਿੱਦਾਂ ਚੱਲ ਜੂਗਾ ਅਤੇ ਹੁਣ ਤੁਹਾਨੂੰ ਪਹਿਲਾਂ ਆਹ ਮਾਡਲ ਬਣਨਾ ਪੈਂਦਾ ਸੈਕਰੀਫਾਈਸ ਕਰਨੀ ਪੈਂਦੀ ਆ ਹੁਣ ਹੁਣ ਅਸੀਂ ਵਿਹਲੇ ਹੁਣ ਜੋ ਮਰਜ਼ੀ ਕਰੀ ਜਾਈਏ ਸਾਨੂੰ ਕਿਸੇ ਨੇ ਕੁਛ ਨਹੀਂ ਕਹਿਣਾ ਹੈਗਾ ਹੁਣ ਸਾਡੇ ਬੱਚੇ ਤਕੜੇ ਠੀਕ ਆਪਣੇ ਆਪ ਹੈਗੇ ਆ ਹਾਂਜੀ ਸਹੀ ਗੱਲ ਇਸ ਕਰਕੇ ਸਾਨੂੰ ਅਸੀਂ ਆਪਣੇ ਆਪ ਨੂੰ ਬਹੁਤ ਕੰਟਰੋਲ 'ਚ ਰੱਖਿਆ ਮੇਰੀ ਵਾਈਫ ਨੇ ਬਹੁਤ ਸਾਥ ਦਿੱਤਾ ਔਰ ਬੜੀ ਡਿਸਿਪਲਿਨਡ ਬੱਚੇ ਨਹੀਂ ਰੱਖੇ ਹੈਗੇ ਆ ਹਰੇਕ ਔਰ ਪਿਆਰ ਬੜਾ ਕਰਦੀ ਸੀ ਹਰੇਕ ਨੂੰ ਇੱਕ ਨਹੀਂ ਤੁਹਾਨੂੰ ਜਿੱਦਾਂ ਦੱਸਿਆ ਸਾਡੇ ਘਰ ਵਿੱਚ ਤਕਰੀਬਨ
ਵਿਲੇ ਵਿਲੇ ਤਾਂ ਰੋਜ਼ ਦੇ ਦੋ ਤਿੰਨ ਪ੍ਰਾਹੁਣੇ ਆ ਜਾਂਦੇ ਸੀਗੇ, ਪਰ ਇਹਨੇ ਕਿਸੇ ਨੂੰ ਵੀ ਬਗੈਰ ਖਾਧੇ ਪੀਤੇ ਤੋਂ ਜਾਣ ਨਹੀਂ ਸੀ ਦਿੰਦੀ। ਇੱਕ ਸਾਡੇ ਮੁੰਡਾ ਬੰਦਾ ਆ, ਉਹ 23-24 ਈਅਰ ਉਹ ਕੌਂਸਲਰ ਰਿਹਾ ਆ ਸਿੰਦਰਪਾਲ 18 ਅਤੇ 20 ਲਈ। ਓਕੇ, ਉਹ ਕਹਿੰਦਾ ਨਾ ਜ਼ਿਆਦਾ ਆਂਟੀ ਦੇ ਦਰਵਾਜ਼ੇ, ਕਹਿੰਦਾ ਜੇ ਜ਼ਿਆਦਾ ਅਸੀਂ ਸਾਡਾ ਟੱਪ ਗਿਆ ਨਾ, ਕਹਿੰਦਾ ਮੂੰਹ ਜੂਠਾ ਕੀਤੇ ਬਗੈਰ ਨਹੀਂ ਕਿਸੇ ਨੂੰ ਜਾਣ ਦਿੰਦੀ। ਇਹਦੀ ਸਿਹਤ ਆ, ਇਹ ਬੜੀ ਵਧੀਆ ਗੱਲ ਹੈ ਜੀ। ਤੇ ਕਾਫੀ ਹਾਰਡ ਵਰਕ ਕੀਤਾ ਹੈ ਤੁਸੀਂ ਇਹਨਾਂ ਆਂਟੀ ਜੀ ਨੇ। ਨਹੀਂ, ਜੋ ਕਿਸੇ ਨੂੰ ਬਣਾਉਣਾ, ਜੋ ਕਿਸੇ ਦੇਣਾ, ਜੋ ਕੁਛ ਕਰਨਾ, ਉਹ ਅੰਦਰੋਂ ਪਿਆਰ ਨਾਲ ਕਰਨਾ ਹੈ। ਹਾਂ ਜੀ, ਸਹੀ ਹੈ। ਇਹ ਤਾਂ ਫਾਜ ਬਣਤਾ ਵੀ ਜ਼ਰੂਰ ਆਏ, ਉਹਨੂੰ ਅੰਦਰੋਂ ਆਣਾ ਚਾਹੀਦਾ। ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਜਿਹੜੇ ਤੁਹਾਡੇ ਅੰਦਰੋਂ ਆਉਂਦਾ, ਉਹ ਤੁਹਾਨੂੰ ਪਤਾ ਲੱਗ ਜਾਂਦਾ, ਉਹ ਚੀਜ਼ ਮਿੱਠੀ ਵੀ ਹੁੰਦੀ ਹੈ, ਚੀਜ਼ ਸਵਾਦ ਵੀ ਲੱਗਦੀ ਹੈ, ਸੋਹਣੀ ਵੀ ਲੱਗਦੀ ਆ, ਬੰਦਾ ਕਦਰ ਵੀ ਕਰਦਾ ਉਹਦੀ। ਸਹੀ ਗੱਲ ਹੈ ਨਾ। ਇਹ ਕਿਸੇ ਦਾ ਤੁਸੀਂ ਕੰਮ ਕਰਦੇ ਆ ਨਾ, ਕਿਸੇ ਦਾ ਕੰਮ। ਹੁਣ ਮੈਂ ਪੜ੍ਹਿਆ ਰਾਈਟ, ਕਦੋਂ ਨੇ ਪੜ੍ਹਾਇਆ, ਮੈਂ ਥੋੜ੍ਹਾ ਪੜ੍ਹਿਆ, ਮੈਂ ਜਿੰਨੀ ਮੇਰੇ ਕੋਲ ਪੜ੍ਹਾਈ ਆ, ਜੇ ਮੈਂ ਉਹਨੂੰ ਘਰ ਰੱਖ ਕੇ ਬੈਠਦਾ ਹਾਂ ਕਿ ਉਹ ਕਿਸ ਕੰਮ ਆਊਗੀ, ਮੈਂ ਤਾਂ ਕਹਿੰਦਾ ਆ ਜਾਓ ਬਈ, ਜਿਹਨੇ ਮੈਂ ਤਾਂ ਸਿੱਖਣਾ ਸਿੱਖ ਲਓ, ਦੱਸੋ ਕਿਹੜੀ ਗੱਲ, ਕੁਐਸਚਨ ਦੱਸੋ। ਮੈਂ ਆਪਣੇ ਪੋਤਿਆਂ ਨੂੰ, ਆਪਣੇ ਭਤੀਜੇ ਦੇ ਨਿਆਣਿਆਂ ਨੂੰ, ਸਾਰੇ ਮੇਰੇ ਮੇਰੇ ਤੋਂ ਫਿਰਦੇ ਹੋ, ਕਹਿੰਦੇ ਆਹ ਚਾਚਾ ਜੀ ਆਹ ਦੱਸੋ, ਹਰੇਕ ਮੈਨੂੰ ਚਾਚਾ ਜੀ ਕਹਿੰਦੇ ਆ, ਚਾਚਾ ਜੀ ਆਹ ਦੱਸੋ, ਚਾਚਾ ਜੀ ਆਹ ਦੱਸੋ, ਹੈ ਨਾ। ਉਹ ਕਈ ਵਾਰੀ ਪੁੱਛਣ ਆ ਜਾਂਦੇ ਆ ਹਰ ਚੀਜ਼, ਵੀ ਤੁਹਾਨੂੰ ਇੱਦਾਂ, ਤੁਸੀਂ ਜੇ ਕਿਸੇ ਚੀਜ਼ ਨੂੰ ਹੋਰ ਰੱਖ ਰਹੇ ਹੋ ਤਾਂ ਫਾਇਦਾ ਥੋੜ੍ਹਾ ਕੋਈ, ਪਾਸ ਆਨ ਕਰੋ, ਹੈ ਨਾ। ਤੁਹਾਡੇ ਕੋਲ ਗੁਣ ਆ, ਉਹ ਕਿਸੇ ਨੂੰ ਦੇ ਦਿਓ, ਛਾਕ ਮਾਰ ਕੇ ਪਿਆ ਜਾਵੇ ਚੰਗੇ। ਹੁਣ ਤੁਹਾਨੂੰ ਦੱਸਿਆ ਸਰ, ਮੈਂ ਅਕਾਊਂਟਿੰਗ ਜਾਣ ਦੱਸਦਾ, ਇੱਥੇ ਇੱਥੇ ਵੀ ਹੁਣ ਕੁਛ ਬੰਦੇ ਹੈਗੇ, ਵਿਲੀਅਮ ਲੇਕ ਮੇਰੇ ਕੋਲ 40 ਬੰਦੇ ਆਉਂਦੇ ਸੀ ਐਵਰੀ ਈਅਰ ਟੈਕਸ ਫਾਰਮ ਭਰਾਉਣ। ਓਕੇ, ਫ੍ਰੀ ਨਾਈਸ, ਤੁਸੀਂ ਫ੍ਰੀ ਜਨਾਂ ਲਈ ਟੈਕਸ ਭਰਦੇ ਸੀ? ਯੈਸ, ਵੈਰੀ ਨਾਈਸ। ਕਈ ਸਾਲ ਜਿੰਨੇ ਜਰ ਉੱਥੇ ਰਿਹਾ, ਕਾਫੀ ਤੁਸੀਂ ਕਮਿਊਨਿਟੀ ਦੀ ਹੈਲਪ ਕੀਤੀ ਆਪਣੀ ਨੌਲੇਜ ਐਂਡ ਐਵਰੀਥਿੰਗ ਯੂਜ਼ ਕਰਕੇ। ਵੈਰੀ ਨਾਈਸ। ਪੜ੍ਹੇ ਤਾਂ ਬੰਦੇ ਹੋਰ ਵੀ ਮੇਰੇ ਨਾਲ ਜ਼ਿਆਦਾ ਵੀ ਸੀਗੇ। ਹਾਂਜੀ, ਬਟ ਉਹ ਹੈਲਪ ਨਹੀਂ ਕਰਦੇ ਹੋਣੇ? ਨਹੀਂ, ਆਪਣਾ ਆਪਣਾ ਸੁਭਾਅ ਆ। ਸਹੀ, ਬਾਕੀ ਫੈਮਿਲੀ ਬੈਕਗ੍ਰਾਉਂਡ ਹੁੰਦੀ ਆ। ਹਾਂਜੀ, ਸਾਡੇ ਬਜ਼ੁਰਗ ਮੇਰੇ ਬਾਬਾ ਸੀ, ਉਹ ਇੱਦਾਂ ਸਭ ਕਰਦੇ ਸੀਗੇ। ਹੀ ਵਾਜ਼ ਫਰੀਡਮ ਫਾਈਟਰ। ਵੈਰੀ ਨਾਈਸ। 4 ਸਾਲ ਦੀ ਕੈਦ ਕੱਟੀ ਹੋਈ 1920-21-22-23-24 ਚ। ਓਕੇ, ਗੁਰਦਾਸ ਸਾਹਿਬ ਨੇ। ਵੈਰੀ ਨਾਈਸ, ਵੈਰੀ ਨਾਈਸ। ਉਹਨਾਂ ਤੋਂ ਬਹੁਤ ਕੁਝ ਸਿੱਖਿਆ। ਹਾਂ, ਔਰ ਅਸੀਂ ਜਿੱਦਣ, ਜਾਨੀ ਮੈਂ ਇਹ ਸੋਚ ਸੱਚ, ਜਦੋਂ ਮੈਂ ਇੱਥੇ ਚੱਲਿਆ ਉੱਥੋਂ, ਉਦੋਂ ਮੈਂ ਸੋਚ ਲਿਆ ਸਰ ਮੈਂ ਸਿੱਖ ਰਹਿਣਾ। ਹਾਂ, ਇਹ ਤਾਂ ਅੰਕਲ ਜੀ ਬੜੀ ਵਧੀਆ ਗੱਲ। ਔਰ ਮੇਰੀ ਵਾਈਫ ਦੀ ਮੈਨੂੰ ਬਹੁਤ ਸਪੋਰਟ ਰਹੀ ਹੈ, ਨਿਆਣਿਆਂ ਦੀ ਬਹੁਤ ਸਪੋਰਟ ਰਹੀ, ਨਿਆਣੇ ਤਾਂ ਆਪ ਪੱਕੇ ਆ। ਪਰ ਜੇ ਤੁਹਾਡੀ ਸਾਫ ਹੋਵੇ ਤਾਂ, ਜੇ ਤੁਸੀਂ 20 ਵਾਰੀ ਕਰ ਦਿੰਦੇ ਫਿਰ ਤੁਹਾਨੂੰ ਕੋਈ ਸਤਿ ਸ਼੍ਰੀ ਅਕਾਲ।